ਦੋਸਤੋ ਅੱਜ ਦੇ ਦਿਨ ਆਪਾਂ ਗੱਲ ਕਰਦੇ ਹੁੰਦੇ ਆ ਸੱਜਣ ਨਵਰਾਜ ਸਿੰਘ ਜੀ ਦੇ ਨਾਲ ਤੇ ਹੁਣ ਇਸ ਟਾਈਮ ਦੇ ਉੱਪਰ ਜਿਹੜਾ ਕੋਵਿਡ ਆ ਉਸਨੇ ਬਹੁਤ ਜ਼ਿਆਦਾ ਤਸੱਲੀ ਕਹਿ ਲੋ ਕਿ ਮਚਾਈ ਹੋਈ ਹੈਗੀ ਸਾਰੇ ਪਾਸੇ ਤੇ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਆਪਾਂ ਆਪਣੇ ਆਸ ਪਾਸ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਜਿਹੜੀਆਂ ਸਿਕਨੈਸਿਸ ਹੋ ਰਹੀਆਂ ਹੈਗੀਆਂ ਡੈਥਸ ਹੋ ਰਹੀਆਂ ਹੈਗੀਆਂ ਤੇ ਫਿਰ ਸਟਰੈਸ ਦਾ ਆਉਣਾ ਜਿਹੜਾ ਉਹ ਸੁਭਾਵਿਕ ਹੀ ਹੈਗਾ ਆ ਪਰ ਇਸ ਸਟਰੈਸ ਦੇ ਨਾਲ ਕਿਦਾਂ ਆਪਾਂ ਕੋਪ ਕਰ ਸਕਦੇ ਹਾਂ ਇਸ ਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਸਰਜਨ ਨਵਰਾਜ ਸਿੰਘ ਜੀ ਤੋਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਟੂ ਦਾ ਸ਼ੋਅ ਜੀ ਕੋਵਿਡ ਵੇਖੋ ਜੀ ਹੁਣ ਆਪਾਂ ਨੂੰ 2 ਸਾਲ ਦਾ ਕੋਵਿਡ ਨੇ ਘੇਰਿਆ ਗਿਆ ਜੀ ਉਹਦੀ ਬਿਮਾਰੀ ਬਾਰੇ ਤੇ ਆਪਾਂ ਬਹੁਤ ਗੱਲਾਂ ਕਰ ਲਈਆਂ ਵੀ ਕੋਵਿਡ ਕਿਵੇਂ ਹੁੰਦੀ ਹੈ ਕੀ ਇਹਦੇ ਸਿੰਪਟਮਸ ਨੇ ਕੀ ਇਹਦਾ ਇਲਾਜ ਹੈ ਕੀ ਇਹਦੀ ਵੈਕਸੀਨ ਹੈ ਪਰ ਇੱਕ ਜਿਹੜਾ ਬਹੁਤ ਇੰਪੋਰਟੈਂਟ ਇਸ਼ੂ ਹੈ ਨਾਟ ਓਨਲੀ ਵਿਦ ਦਾ ਕੋਵਿਡ ਹੋਰ ਵੀ ਕਈ ਬਿਮਾਰੀਆਂ ਨਾਲ ਜਿਹਨੂੰ ਆਪਾਂ ਮਿਸ ਕਰ ਜਾਂਦੇ ਹਾਂ ਜਾਂ ਜਿਹਦੇ ਵੱਲ ਓਨਾ ਧਿਆਨ ਨਹੀਂ ਦਿੱਤਾ ਜਾਂਦਾ ਉਹ ਹੁੰਦਾ ਹੈ ਕਿਸੇ ਪੈਨਡੈਮਿਕ ਦਾ ਜਾਂ ਕਿਸੇ ਬਿਮਾਰੀ ਦਾ ਹੋਣ ਤੋਂ ਬਾਅਦ ਉਹਦੇ ਆਪਣੀ ਮੈਂਟਲ ਹੈਲਥ ਕੀ ਇਫੈਕਟ ਹੁੰਦੇ ਆ ਉਹਦੇ ਬਾਰੇ ਆਪਾਂ ਕਈ ਵਾਰੀ ਜ਼ਿਆਦਾ ਧਿਆਨ ਨਹੀਂ ਦਿੰਦੇ ਜਦੋਂ ਕਿ ਹੈਲਥ ਦੀ ਡੈਫੀਨੇਸ਼ਨ ਦੇ ਵਿੱਚ ਇੱਕ ਸਰੀਰ ਦਾ ਤੰਦਰੁਸਤ ਹੋਣਾ ਤੇ ਦਿਮਾਗ ਦਾ ਤੰਦਰੁਸਤ ਹੋਣਾ ਇਹ ਦੋਵੇਂ ਗੱਲਾਂ ਜ਼ਰੂਰੀ ਹੈ ਮੈਂਟਲ ਹੈਲਥ ਹੈ ਜਿਹੜੀ ਉਹ ਆਪਣੀ ਸਿਹਤ ਦਾ ਇੱਕ ਬਹੁਤ ਹੀ ਜ਼ਰੂਰੀ ਅੰਗ ਜੀ ਬਿਲਕੁਲ ਸੋ ਹੁਣ ਜਿਹੜਾ ਇਹ ਕੋਵਿਡ ਦਾ ਪੈਨਡੈਮਿਕ ਚੱਲ ਰਿਹਾ ਇਹਦੇ ਕਰਕੇ ਚਲੋ ਸਾਹ ਦੀ ਪ੍ਰੋਬਲਮ ਆ ਰਹੀ ਹੈ ਆਕਸੀਜਨ ਦੀ ਪ੍ਰੋਬਲਮ ਆ ਰਹੀ ਹੈ ਲੋਕਾਂ ਦੀ ਡੈਥ ਹੋ ਰਹੀ ਹੈ ਪਰ ਇੱਕ ਜਿਹੜਾ ਇਸ ਬਿਮਾਰੀ ਕਰਕੇ ਸਾਰੇ ਆਪਣੇ ਵਰਲਡ ਦੀ ਸੋਸਾਇਟੀ ਦੇ ਉੱਤੇ ਜਿਹੜੀ ਸਟ੍ਰੈਸ ਹੈ ਜਿਹੜੀ ਐਂਗਜ਼ਾਇਟੀ ਹੈ ਜਿਹੜੀ ਵਰੀ ਹੈ ਉਹ ਵੀ ਆਪਣਾ ਅਸਰ ਬਹੁਤ ਡੂੰਘਾ ਪਾ ਰਹੀ ਹੈ ਤੇ ਇਹ ਅਸਰ ਜਿਹੜੇ ਆ ਲੰਮੇ ਸਮੇਂ ਤੱਕ ਚੱਲਣਗੇ ਕਿਉਂਕਿ ਬਿਮਾਰੀ ਹੋਈ ਬੰਦੇ ਨੂੰ ਹਸਪਤਾਲ ਦਾਖਲ ਕਰਾ ਲਿਆ ਠੀਕ ਹੋ ਗਿਆ ਉਹਦੀ ਡੈਥ ਹੋ ਗਈ ਕੰਮ ਖਤਮ ਹੋ ਗਿਆ ਪਰ ਜਿਹੜੀ ਇਹ ਬਿਮਾਰੀ ਹੈ ਇਹ ਲੌਂਗ ਟਾਈਮ ਤੇ ਉਦੋਂ ਬਾਅਦ ਕਿਹੜੇ ਇਫੈਕਟ ਕਰਦੀ ਹੈ ਉਹ ਆਪਣੇ ਰਹਿਣ ਸਹਿਣ ਨੂੰ ਆਪਣੀ ਇਕੋਨੋਮੀ ਨੂੰ ਕਾਫੀ ਡਿਸਟਰਬ ਕਰ ਦਿੰਦੀ ਹੈ ਜੀ ਇਹਦੇ ਵਿੱਚ ਜਿਹੜਾ ਇਸ ਵੇਲੇ ਇੱਕ ਤੇ ਆਪਾਂ ਨੂੰ ਇਸ ਡਿਜ਼ੀਜ਼ ਦੀ ਇਲਨੈਸ ਦਾ ਫਿਕਰ ਹੈ ਜੀ ਦੂਜੀਆਂ ਕੁਝ ਚੀਜ਼ਾਂ ਜਿਹੜੀਆਂ ਇਸ ਬੱਚੇ ਵੀ ਆਪਾਂ ਇਸ ਵੇਲੇ ਕਰ ਰਹੇ ਹਾਂ ਜਿਹਦੇ ਵਿੱਚ ਇੱਕ ਚੀਜ਼ ਹੈ ਸੋਸ਼ਲ ਡਿਸਟੈਂਸ ਜਿਹਦੇ ਨਾਲ ਬੰਦਾ ਬੰਦੇ ਤੋਂ ਦੂਰ ਹੋ ਗਿਆ ਲੋਨਲੀਨੈਸ ਹੋ ਗਈ ਹੈ ਲੋਕਡਾਊਨ ਹੋ ਗਏ ਆ ਜਿਹੜੇ ਤੀਜੇ ਨੰਬਰ ਤੇ ਉਹਦੇ ਨਾਲ ਤੇ ਜਮਾ ਹੀ ਬੰਦਾ ਬੰਦੇ ਨਾਲ ਟੁੱਟ ਗਿਆ ਬਿਲਕੁਲ ਸੋ ਇਹ ਜਿਹੜੇ ਸੈਕਟਰ ਨੇ ਸੋਸ਼ਲ ਡਿਸਟੈਂਸਿੰਗ ਲੋਕਡਾਊਨ ਇਹ ਆਪਣੀ ਜਿਹੜੀ ਮੈਂਟਲ ਹੈਲਥ ਹੈ ਨਾ ਉਹਦੇ ਤੇ ਬੜਾ ਮੇਜਰ ਅਸਰ ਪਾਉਂਦੇ ਕਿਉਂਕਿ ਮਨੁੱਖ ਜਿਹੜਾ ਹੈਗਾ ਇੱਕ ਸੋਸ਼ਲ ਐਨੀਮਲ ਹੈ ਇਕੱਠਾ ਰਹਿ ਕੇ ਰਾਜ਼ੀ ਹੈ ਆਪੋ ਆਪਣੀ ਆਦਤ ਹੁੰਦੀ ਹੈ ਜਾਨਵਰਾਂ ਦੀ ਕਈ ਜਾਨਵਰ ਇਕੱਲੇ ਰਹਿ ਕੇ ਪਸੰਦ ਕਰਦੇ ਆ ਪਰ ਮਨੁੱਖ ਜਿਹੜਾ ਐਨੀਮਲ ਹੈ ਜਿਹੜਾ ਇਕੱਠਾ ਰਹਿ ਕੇ ਜ਼ਿਆਦਾ ਕਈਆਂ ਦੀਆਂ ਆਦਤਾਂ ਹੁੰਦੀਆਂ ਬੰਦਿਆਂ ਦੀਆਂ ਵੀ ਇਕੱਲਾ ਰਹਿਣਾ ਪਸੰਦ ਕਰਦੇ ਆ ਅੱਜ ਜਦੋਂ ਮੈਂ ਇਸ ਟੌਪਿਕ ਬਾਰੇ ਪੜ੍ਹ ਰਿਹਾ ਸੀ ਇੱਕ ਦੋ ਆਰਟੀਕਲ ਤੁਹਾਡੇ ਅਮਰੀਕਾ ਦੇ ਲਿਖੇ ਹੋਏ ਸੀ ਉਹਦੇ ਚ ਉਹਨਾਂ ਨੇ ਕੋਈ ਸਟੱਡੀ ਕੀਤੀਆਂ ਉਹਦੇ ਬੰਦੇ ਕਹਿੰਦੇ ਯਾਰ ਸਾਨੂੰ ਤੇ ਬੜਾ ਕੋਈ ਫਰਕ ਨੀ ਪਿਆ ਜੇ ਵੀ ਅਸੀਂ ਇਕੱਲੇ ਹੀ ਰਹਿੰਦੇ ਸੀ ਤੇ ਹੁਣ ਵੀ ਇਕੱਲੇ ਹੀ ਰਹਿੰਦੇ ਕਿਉਂਕਿ ਜਿਹੜੇ ਡਿਵੈਲਪਡ ਕੰਟਰੀ ਨੇ ਉਹਨਾਂ ਦੇ ਵਿੱਚ ਰਹਿਣ ਸਹਿਣਾ ਕੁਛ ਹੋਰ ਹੈ ਜਿਹੜੇ ਪੂਰ ਕੰਟਰੀ ਨੇ ਜਾਂ ਜਿਹੜੇ ਡਿਵੈਲਪਿੰਗ ਕੰਟਰੀ ਨੇ ਉਹਦੇ ਵਿੱਚ ਆਪਾਂ ਟੱਬਰ ਦੇ ਰੂਪ ਵਿੱਚ ਰਹਿੰਦੇ ਹਾਂ
घर दे सारे जाने कठे बह के रोटी खाते है, मां उन्होंने रोटी खवादी है, गल्लां करते है, मनोरंजन के ज्यादा साधन नहीं है जो कई थावां ते हजे ओदे विच भी सारे घर दे जी एक दूजे नाल गल्लां बातां करके खुशी महसूस करते है। सो इहदे बारे भी डिफरेंट राय हैगी है, कई स्टडी कहिंदियां भी जिहड़े ਜਿਹੜੇ ਪਹਿਲੇ ਇਕੱਲੇ ਸੀ ਲੋਕ ਉਹ ਕਹਿੰਦੇ ਯਾਰ ਹੁਣ ਤੋਂ ਸਗੋਂ ਚੰਗਾ ਹੋ ਗਿਆ, ਕੁਛ ਟੈਲੀ ਟੀਵੀ ਫੋਨ ਕਰਕੇ ਪੁੱਛ ਲੈਂਦਾ ਹਾਲ ਕੀ ਆ, ਕਹਿੰਦੇ ਕਿ ਮੇਰਾ ਵਾਈਫ ਨਾਲ ਡਾਈਵੋਰਸ ਹੋਇਆ ਗਿਆ ਸੀ, ਬੱਚੇ ਮੇਰੇ ਨੂੰ ਛੱਡ ਕੇ ਚਲ ਗਏ ਸੀ, ਮੈਂ ਪਹਿਲਾਂ ਵੀ ਇਕੱਲਾ ਸੀ ਤੇ ਹੁਣ ਵੀ ਇਕੱਲਾ, ਮੈਨੂੰ ਕੋਈ ਐਸਾ ਫਰਕ ਨਹੀਂ ਪਿਆ। ਪਰ ਇਹ ਜਿਹੜੀ ਪਾਪੂਲੇਸ਼ਨ ਹੈ ਬੜੀ ਥੋੜੀ ਹੈ, ਏਦਾਂ ਦੀਆਂ ਸਟੱਡੀ ਬੜੀਆਂ ਥੋੜੀਆਂ ਨੇ। ਮੇਨਲੀ ਜਿਹੜੀਆਂ ਸਟੱਡੀ ਹੋਈਆਂ ਨੇ ਜਦੋਂ ਇਹ ਹਜੇ ਸ਼ੁਰੂ ਹੀ ਹੋਇਆ ਸੀਗਾ ਵਾਇਰਸ ਜਨਵਰੀ ਦੇ ਵਿਚ ਚੀਨ ਦੇ ਵਿਚ, ਉਹ ਲੋਕਾਂ ਦੇ ਘਰਾਂ ਚ ਉਹਨਾਂ ਨੇ ਪੈਂਫਲੇਟ ਉਦੋਂ ਹੀ ਵੰਡਤੇ ਸੀ, ਕਈ ਜਿਹੜੇ ਸਾਇੰਟਿਸਟ ਸੀਗੇ ਇਸ ਬਾਰੇ ਸਟੱਡੀ ਕਰਨ ਵਾਲੇ ਸਟੈਟਿਸਟਿਕਸ ਲੈਣੀ ਸ਼ੁਰੂ ਕਰਤੀ ਸੀ ਬਈ ਹਾਂਜੀ ਇਹ ਬਿਮਾਰੀ ਫੈਲ ਗਈ, ਤੁਸੀਂ ਇਕੱਲੇ ਰਹਿ ਰਹੇ ਆ, ਕੀ ਆ ਉਹ ਕੁਐਸਚਨਰੀ ਹੁੰਦਾ, ਉਹਦੇ ਕੋਲ ਸਵਾਲ ਪੁੱਛਦੇ ਆ ਉਹਦੇ ਜਵਾਬ ਦਿੰਦੇ ਆ, ਇਦੂ ਬਾਅਦ ਪੂਰੀ ਸਟੱਡੀ ਲੱਖ ਦੀ ਹੁੰਦੀ ਆ। ਤੇ ਚੀਨ ਦੇ ਵਿਚ ਜਿਹੜੀ ਜਨਵਰੀ ਫਰਵਰੀ ਸਟੱਡੀ ਹੋਈ ਸੀ 2020 ਦੇ ਵਿਚ 10,000 ਜਾਣਿਆਂ ਤੇ ਇੱਕ ਥਾਂ ਤੇ ਸਟੱਡੀ ਹੋਈ ਸੀ, ਉਹਦੇ ਚ ਉਹਨਾਂ ਨੇ ਦੱਸਿਆ ਵੀ ਜਿਹੜੇ ਹਾਫ ਆਫ ਦਾ ਪਾਪੂਲੇਸ਼ਨ ਹੈ ਜਿਹੜੀ ਉਹ ਇਸ ਵੇਲੇ ਡਿਪਰੈਸਡ ਹੈ। ਜਦੋਂ ਬਿਮਾਰੀ ਸ਼ੁਰੂ ਹੋਈ ਸੀ ਚਾਈਨਾ ਚ ਲਾਕਡਾਊਨ ਲੱਗ ਗਿਆ ਸੀ, ਬਾਹਰ ਜਾਣ ਨਹੀਂ ਸੀ ਦਿੰਦੇ, ਤੇ 35% ਜਾਣਿਆਂ ਨੇ ਐਂਗਜ਼ਾਇਟੀ ਸ਼ੁਰੂ ਕੀਤੀ। ਉਹ ਸਵਾਲ ਹੁੰਦੇ ਆ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਡਿਪਰੈਸ਼ਨ ਚ ਹੈ ਕਿ ਇਹ ਐਂਗਜ਼ਾਇਟੀ ਚ ਹੈ, ਉਹਦੇ ਹਿਸਾਬ ਨਾਲ ਉਹਨਾਂ ਨੇ ਇਹ ਡਾਟਾ ਇਕੱਠਾ ਕੀਤਾ। ਇਵੇਂ ਹੀ ਅਮਰੀਕਾ ਦੇ ਵਿਚ ਵੀ ਸਟੱਡੀ ਹੋਈ ਸੀ ਜੀ, ਬਿਮਾਰੀ ਇਹ ਕਰੋਨਾ ਦੀ ਬਿਮਾਰੀ ਤੋਂ ਪਹਿਲਾਂ ਜਿਹੜੀ ਡਿਪਰੈਸ਼ਨ ਸੀਗੀ ਰਾਊਂਡ ਅਬਾਊਟ 6.6% ਡਿਪਰੈਸ਼ਨ ਸੀਗੀ, ਪਰ ਜਦੋਂ ਕਰੋਨਾ ਆ ਗਈ ਇਹ ਲਗਭਗ 30% ਹੋ ਗਈ ਡਿਪਰੈਸ਼ਨ। ਉਹਨੇ ਐਂਗਜ਼ਾਇਟੀ ਦੀ ਸੀਗੀ ਜਿਹੜੀ ਇਹ 11% ਸੀਗੀ, ਇਹ ਵੱਧ ਕੇ 40% ਹੋ ਗਈ, 45% ਹੋ ਗਈ। ਸੋ ਇਹਨਾਂ ਐਂਗਜ਼ਾਇਟੀ ਦਾ ਡਿਪਰੈਸ਼ਨ ਦਾ ਜਿਹੜਾ ਗ੍ਰਾਫ ਹੈ ਇਹ ਬਹੁਤ ਤਾਂ ਨੂੰ ਚੜ ਗਿਆ, ਸਟੀਪ ਕਰ ਗਿਆ ਇਹ। ਇਹਦੇ ਨਾਲ ਹੁਣ ਆਪਾਂ ਜੇ ਵੇਖੀਏ ਵੀ ਕੀ ਹੋਇਆ ਮੋਟੇ ਮੋਟੇ ਲਫ਼ਜ਼ਾਂ ਦੇ ਵਿੱਚ, ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਖਤਰਾ ਲੱਗਦਾ ਵੀ ਕਿਤੇ ਅਸੀਂ ਬਿਮਾਰ ਨਾ ਹੋ ਜਾਈਏ, ਸਾਨੂੰ ਕਰੋਨਾ ਨਾ ਹੋ ਜਾਈਏ, ਸਾਰਿਆਂ ਤੋਂ ਪਹਿਲਾਂ ਖਤਰਾ, ਅਜੇ ਆਪਾਂ ਬਿਮਾਰ ਨਹੀਂ ਹੋਏ ਪਰ ਰੋਜ਼ ਆਪਾਂ ਨੂੰ ਇਹ ਖਤਰਾ ਸਿਰ ਤੇ ਮੰਡਰਾਉਂਦਾ ਰਹਿੰਦਾ ਵੀ ਆਪਾਂ ਨੂੰ ਕਿਤੇ ਕਰੋਨਾ ਨਾ ਹੋ ਜਾਏ। ਨੰਬਰ ਦੂਜਾ ਖਤਰਾ ਰਹਿੰਦਾ ਵੀ ਜੇ ਕਰੋਨਾ ਹੋ ਗਿਆ ਆਪਾਂ ਮਰ ਨਾ ਜਾਈਏ, ਕਿਉਂਕਿ ਡੈਥ ਰੇਟ ਹੈਗਾ ਇਸ ਬਿਮਾਰੀ ਦਾ, ਨੋ ਡਾਊਟ ਕਈ ਹੋਰ ਵੀ ਬਿਮਾਰੀਆਂ ਉਹਨਾਂ ਦਾ ਡੈਥ ਰੇਟ ਜਿਹੜਾ ਹੈਗਾ ਕਰੋਨਾ ਤੋਂ ਕਿਤੇ ਜ਼ਿਆਦਾ ਹੈ, ਪਰ ਇਹ ਬਿਮਾਰੀਆਂ ਇੰਨੀਆਂ ਇਨਫੈਕਸ਼ਸ ਨਹੀਂ ਹੈਗੀਆਂ, ਉਹ ਹੌਲੀ ਹੌਲੀ ਹੁੰਦੀਆਂ, ਇਹ ਇਕਦਮ ਹੋ ਗਿਆ ਜੇ ਹੋਣਾ ਸੀ ਇਕਦਮ ਆਪਣੇ ਕਹਿ ਲਓ ਵੀ ਜਿਵੇਂ ਕੋਠਾ ਵਿੱਚ ਤੇ ਆਪਣਾ ਇਹਨੇ ਕਰੋਨਾ ਆਪਣੇ ਤੇ ਡਿੱਗ ਦਿੱਤੀ ਹੈ ਜੀ, ਸੋ ਆਪਾਂ ਨੂੰ ਮੌਤ ਦਾ ਖਤਰਾ ਹੈ, ਕਿਉਂਕਿ ਮਰਨਾ ਤੇ ਆਖਰ ਹਰ ਕਨੇ ਇੱਕ ਦਿਨ ਹੀ ਹੈ, ਹਰ ਕਨੇ ਮਰ ਜਾਣਾ ਰਹਿਣਾ ਕਿੱਥੇ ਕਿੱਥੇ ਨੇ ਵੀ ਨਹੀਂ, ਪਰ ਫੇਰ ਵੀ ਆਪਾਂ ਨੂੰ ਮਰਨ ਦਾ ਖਤਰਾ ਹੈ, ਜਿਹੜਾ ਫੀਅਰ ਹੈ, ਜਿਹੜੀ ਵਰੀ ਹੈ, ਜਿਹੜੀ ਸਟ੍ਰੈਸ ਹੈ, ਜਿਹੜੀ ਐਂਗਜ਼ਾਇਟੀ ਆਪਾਂ ਨੂੰ ਇਸ ਵੇਲੇ, ਪਹਿਲੀ ਬਿਮਾਰੀ ਹੋਣ ਦੀ ਹੈ, ਦੂਜੀ ਮਰਨ ਦੀ ਹੈ। ਤੀਜੀ ਚੀਜ਼ ਹੈ ਬਈ ਲੋਕਾਂ ਦੀਆਂ ਜੌਬ ਜਾ ਰਹੀਆਂ, ਕਿਉਂਕਿ ਕੋਈ ਕਿਤੇ ਆ ਕੇ ਘਿਰ ਗਿਆ। ਹੁਣ ਮੈਂ ਇੱਕ ਆਪਣੀ ਐਗਜ਼ਾਮਪਲ ਦਿੰਦਾ, ਸਾਡਾ ਇੱਕ ਰਿਲੇਟਿਵ ਹੈ ਬੜਾ ਨੇੜਲਾ, ਉਹ ਦੁਬਈ, ਉਹਦੀ ਜੌਬ ਸੀ ਬਹੁਤ ਵਧੀਆ, ਇੱਥੇ ਕੰਮ ਕਰਕੇ ਉਹਨੂੰ ਇੱਥੇ ਆਉਣਾ ਪੈ ਗਿਆ, ਉਦੋਂ ਬਾਅਦ ਹੁਣ ਫਲਾਈਟਾਂ ਬੰਦ ਹੋ ਗਈਆਂ, ਦੁਬਈ ਦੀ ਕੋਈ ਫਲਾਈਟ ਨਹੀਂ ਚੱਲ ਰਹੀ, ਉਹਦੀ ਉੱਥੇ ਜੌਬ ਹੈ, ਉਹ ਮੈਕਸੀਮਮ ਜਿੰਨੀ ਛੁੱਟੀ ਲੈ ਸਕਦਾ ਸੀ ਉਹਨੇ ਛੁੱਟੀ ਲੈ ਲਈ, ਹੁਣ ਉਹਦੇ ਦਿਮਾਗ ਤੇ ਬੋਝ ਹੈ ਵੀ ਕਿਤੇ ਮੇਰੀ ਜੌਬ ਨਾ ਚਲੀ ਜਾਵੇ। ਇਹ ਨਹੀਂ ਹਰ
हर कंट्री दे विच लोकां नूं जॉब लीव होने का खतरा है, किसी फैक्ट्रिया के काम घट गए है, उन्हां दी प्रोडक्शन घट गई है, क्योंकि बाहर बाजार बंद पे है, उन्हां दी सेल नहीं हो रही, इसलिए उन्होंने अपना काम घटा लिया। जो काम घटा लिया उन्होंने घट वर्करां दी लोड़ है, इसलिए इस कोरोना करके बहुत दुनिया की जिहड़ी जॉब है वो गई है। जो बंदे की जॉब चली जाती है या जॉब जान का खर्चा रहिंदा है, उहदे नाल उहदा स्ट्रेस लेवल वध जांदा, एंजाइटी वध जांदी है, वरी वध जांदी है। जी ऑब्वियसली जी। उस तो बाद ये बीमारी एहो जी है बई जे ये किसी नूं हो जांदी है दूजा उहदे नेड़े नहीं आना चाहुंदा, खुदा तो रिश्तेदार है नेड़े नहीं आना चाहुंदा। सो आपां नूं ये भी वरी है बई यार जे मैं बीमार हो गया तो मेरी केयर कौन करेगा, मैनू वेखूगा कौन, मेरे जवाक ही नहीं आने मेरे नेड़े, मेरे मां प्यो नहीं नेड़े आने, ये आपां नूं वरी खाई जांदी है जिहदे नाल फिर अपना स्ट्रेस लेवल वधदा। उस तो बाद ये भी है भी जे मेनू बीमारी ये होगी तो मैं तो मेरा कुछ भी बाईकाट ही ना हो जाए, मैं ये ना हो मुड़ के मेनू कोई मिले नहीं ना आवे, मैं तो घर च कला रह जाऊंगा। उस तो बाद एक होर फिक्र खा जांदा, हाँ ये मेनु कोरोना हो गया, मेनू किन्हां ने क्वारंटाइन कर देना, मैं दो हफ्ते किन्हें टकूंगा, मैं घर च कि रहूंगा इन्ने दिन, मैं तो बहर नहीं जाया जाना, मेरे को मेरे को नहीं आना किसी ने, यह फीयर हो जाता आप इस बीमारी करके। उदू बाद हो जाता बी जे मेनू कोरोना हो गया मैं ते सारे घर दे मेथों दूर चले जाने है, मैं ते रोटी भी कला बह के खाया करूंगा, उन्हें बूहा खोल के प्लेट रख दिया करनी है मेरे कमरे च, तो मैं चलो रोटी तो मिलगी भी मैं रोटी खा लूंगा, फिर बाहर रख दूंगा, फिर मैं या धो के रख दूंगा बाहर, असी तो कठे डाइनिंग टेबल से पता नहीं बवाने के ना बवाने, अगे असी सारा टब्बर कठे बह के रोटी खा देती है, हासा मजाक कर देती है, तो हूं मेरा की बनूंगा, की पता मैं बचना के नहीं बचना, ये जो चीजा फिक्र वाली है लोनली लाइफ की जेड़ी, क्योंकि बंदा बेसिकली कठे रहना चाहता है, सोशल आपस ह्यूमन सोशल एनिमल, कला नहीं सजा है, क्योंकि जेड़ा सारिया तो माड़ा बरताव करना डॉक्टर साहब थोड़ी जी आवाज दा प्रॉब्लम आ रही है, गया थोड़ी जी डायरेक्शन चेंज करो फोन दी। हाँ जी हूँ ठीक है जी। हाँ जी हूँ ठीक है जी जी। हाँ वो मैं गल कर रहा थी जी जेल दे विच भी जे किसी नूं वड्डी तों वड्डी सजा देनी हुंदी है उहनूं वो कह दिंदे आ भी तैनूं असीं कोठरी च बंद कर देना जिथे कोई होगा ना, मैक्सिमम सजा हुंदी है, ते एवें बंदा सोचदा यार मेरा ते जेल वाला ही काम हो जाना, मैं ते इत्थे कमरे च बंद होके रह जाना, ए वरी उहनूं खांदियां रहिंदियां। उस तो बाद जेड़े होर कोई जिवें बीमारियां है, कह लो किसी नूं सिंपल कला जुकाम ही है, पर वो सोचता रहिंदा भी मैनू किते इह ते मैनू कोरोना हो गया, जे चार छिक्कां आ जाण बंदे नूं ते नक्क मर जे उहदा बंद हो जाए, तो फिक्र करन लग जांदा भी मैनू इह ते कोरोना हो गया जी। जिहड़ियां इहो जिहियां बीमारियां जिन्हां दे साइन सिम्पटम कोरोना नाल मिलदे जुलदे है, जे किते ओह आपां नूं हो जांदियां अद्धा खून ते आपणा इसे लई घट जांदा भी किते मैनू कोरोना ते नहीं हो गया जी बिलकुल। ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਆਪਣਾ ਸਟ੍ਰੈਸ ਲੈਵਲ ਜਿਹੜਾ ਹੈਗਾ ਹੈ ਇਹ ਬਹੁਤ ਜ਼ਿਆਦਾ ਵਧਾ ਦਿੰਦੀਆਂ। ਸੋ ਇਹਨਾਂ ਗੱਲਾਂ ਕਰਕੇ ਆਪਣੀ ਜਿਹੜੀ ਹੈਲਥ ਹੈਗੀ ਹੈ
ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜੀ ਸਟ੍ਰੈਸ ਹੈ ਉਹ ਕੀ ਕਰ ਦਿੰਦੀ ਹੈ ਜੇ ਆਪਾਂ ਦੇਖੀਏ, ਸਾਰਿਆਂ ਤੋਂ ਪਹਿਲਾਂ ਹੈ ਉਹ ਬੰਦਾ ਡਰਿਆ ਰਹਿੰਦਾ, ਸਟ੍ਰੈਸ ਵਾਲਾ, ਗੁੱਸੇ ਚ ਰਹਿੰਦਾ, ਉਦਾਸ ਰਹਿੰਦਾ, ਵਰੀਡ ਰਹਿੰਦਾ। ਜੀ ਡਾਕਟਰ ਸਾਹਿਬ, ਆਈ ਥਿੰਕ ਥੋੜਾ ਕਨੈਕਸ਼ਨ ਦੀ ਪ੍ਰੋਬਲਮ ਹੋ ਰਹੀ ਹੈਗੀ ਆ, ਬਿਕੋਜ਼ ਤੁਹਾਡੀ ਆਵਾਜ਼ ਜਿਹੜੀ ਆ ਹੁਣ ਬਿਲਕੁਲ ਹੀ ਨਹੀਂ ਸੁਣ ਰਹੀ ਹੈਗੀ। ਮੈਨੂੰ ਤਾਂ ਥੋੜੀ ਜਿਹੀ ਸਹੀ ਸੁਣ ਰਹੀ ਆਵਾਜ਼। ਆਈ ਡੋਨਟ ਨੋ, ਮੈਨੂੰ ਲੱਗਦਾ ਥੋੜਾ ਜਿਹਾ ਪ੍ਰੋਬੇਬਲੀ ਨੈਟਵਰਕ ਦਾ ਕੋਈ ਇਸ਼ੂ ਹੋ ਸਕਦਾ। ਜੀ ਹੁਣ ਠੀਕ ਹੈ, ਹੁਣ ਸੁਣ ਰਹੀ? ਹਾਂਜੀ ਹਾਂਜੀ ਬਿਲਕੁਲ। ਚਲੋ ਮੈਂ ਈਅਰਫੋਨ ਮੈਂ ਹੁਣ ਲਾ ਤਾ ਆਪਣਾ। ਜੀ ਹੁਣ ਬਿਲਕੁਲ ਠੀਕ ਹੈ। ਹਾਂਜੀ 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 ਗੱਲ ਕਰ ਰਹੇ ਸੀ ਆਪਾਂ ਬਈ ਜਿਸ ਬੰਦੇ ਨੂੰ ਸਟ੍ਰੈਸ ਹੋਵੇ ਉਹਨੂੰ ਕੀ ਹੁੰਦਾ। ਜੀ ਉਹਨੂੰ ਫੀਅਰ ਦੀ ਫੀਲਿੰਗ ਆ ਜਾਂਦੀ ਹੈ, ਐਂਗਰ ਦੀ ਫੀਲਿੰਗ ਆ ਜਾਂਦੀ ਹੈ, ਸੈਡਨੈਸ ਹੋ ਜਾਂਦੀ ਹੈ, ਵਰੀ ਹੋ ਜਾਂਦੀ ਹੈ, ਨੰਬਨੈਸ ਹੋ ਜਾਂਦੀ ਹੈ। ਉਹਨੂੰ ਲੱਗਦਾ ਮੇਰੀ ਬਾਂਹ ਸੌਂਗੀ, ਮੇਰੀ ਲੱਤ ਸੌਂਗੀ, ਮੇਰੀਆਂ ਉਂਗਲਾਂ ਸੌਂਗੀਆਂ। ਉਹਨੂੰ ਫਰਸਟ੍ਰੇਸ਼ਨ ਸਾਰੀ ਦਿਹਾੜੀ ਫਰਸਟ੍ਰੇਟਿਡ ਰਹਿੰਦਾ ਜਿਹੜਾ ਬੰਦਾ ਸਟ੍ਰੈਸਡ ਹੁੰਦਾ। ਉਹ ਤੋਂ ਬਾਅਦ ਇਹਦੀ ਭੁੱਖ ਮਰ ਜਾਂਦੀ ਹੈ, ਚੀਜ਼ਾਂ ਚ ਇੰਟਰਸਟ ਮਰ ਜਾਂਦਾ, ਜਿਹੜੀਆਂ ਚੀਜ਼ਾਂ ਚ ਅੱਗੇ ਉਹਨੂੰ ਇੰਟਰਸਟ ਹੁੰਦਾ ਸੀ ਉਹਦੇ ਚ ਉਹਨੂੰ ਇੰਟਰਸਟ ਨਹੀਂ ਰਹਿੰਦਾ। ਉਹਨੂੰ ਕਿਸੇ ਕੰਮ ਕਰਨ ਚ ਕੰਸਨਟ੍ਰੇਸ਼ਨ ਨਹੀਂ ਉਹਦੀ ਰਹਿੰਦੀ, ਉਹ ਪ੍ਰੋਪਰ ਡਿਸੀਜਨ ਨਹੀਂ ਲੈ ਸਕਦਾ ਕਿਸੇ ਚੀਜ਼ ਦੇ, ਉਹਨੂੰ ਨੀਂਦ ਨਹੀਂ ਆਉਂਦੀ, ਉਹਨੂੰ ਨਾਈਟ ਮੇਅਰ ਆਉਂਦੇ ਰਹਿੰਦੇ ਆ, ਖਤਰਨਾਕ ਸੁਪਨੇ ਆਉਂਦੇ ਰਹਿੰਦੇ ਆ, ਨੀਂਦ ਜੇ ਮਾੜੀ ਜੀ ਆਉਂਦੀ ਹੁੰਦੀ ਆ ਬੜਾ ਕੇ ਉੱਠ ਜਾਂਦਾ ਉਹਨਾਂ ਦੀ, ਮਾੜਾ ਸੁਪਨਾ ਆ ਜਾਂਦਾ। ਜਿਹੜੀਆਂ ਉਹਦੀਆਂ ਪਹਿਲੋਂ ਖੁਦਾ ਨਾ ਖਾਸਤਾ ਜੇ ਉਹਨੂੰ ਕੋਈ ਹੈਲਥ ਪ੍ਰੋਬਲਮ ਹੈਗੀ ਹੈ, ਕਰੋਨਿਕ ਪ੍ਰੋਬਲਮ ਹੈ, ਇਸ ਕਰਨ ਨੂੰ ਹਾਈਪਰ ਟੈਂਸ਼ਨ ਹੈ, ਡਾਇਬਟੀਜ਼ ਹੈ ਜਾਂ ਕੋਈ ਹੋਰ ਕਿਡਨੀ ਦੀ ਬਿਮਾਰੀ ਹੈ, ਜਦੋਂ ਉਹ ਬੰਦਾ ਸਟ੍ਰੈਸ ਚ ਰਹਿੰਦਾ ਉਹ ਕਰੋਨਿਕ ਪ੍ਰੋਬਲਮ ਉਹਦੀਆਂ ਫਲੇਅਰ ਹੋ ਜਾਂਦੀ ਹੈ। ਬਲੱਡ ਪ੍ਰੈਸ਼ਰ ਜਿਹੜਾ ਤਾਂ ਪਹਿਲਾਂ ਕੰਟਰੋਲ ਰਹਿੰਦਾ ਸੀ ਉਹ ਵਧਣਾ ਸ਼ੁਰੂ ਹੋ ਜਾਂਦਾ ਈਵਨ ਦਵਾਈਆਂ ਲੈਣ ਨਾਲ ਵੀ। ਸ਼ੂਗਰ ਜਿਹੜੀ ਉਹਦੀ ਕੰਟਰੋਲ ਰਹਿੰਦੀ ਸੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਉਸ ਤੋਂ ਬਾਅਦ ਜੇ ਖੁਦਾ ਨਾ ਖਾਸਤਾ ਨੂੰ ਕੋਈ ਮੈਂਟਲ ਪ੍ਰੋਬਲਮ ਸੀਗੀਆਂ ਪਹਿਲਾਂ ਹੀ ਇਸ ਕਰੋਨਾ ਤੋਂ, ਤੇ ਹੁਣ ਕਰੋਨਾ ਆ ਗਈ ਉਹਦੇ ਨਾਲ ਉਹ ਬੰਦਾ ਸਟ੍ਰੈਸ ਚਲਾ ਗਿਆ, ਉਹਦੀਆਂ ਜਿੰਨੀਆਂ ਮੈਂਟਲ ਇਲਨੈਸਿਸ ਹੈ ਉਹ ਜਾਂਦੀ। ਉਸ ਤੋਂ ਬਾਅਦ ਬੰਦਾ ਸੋਚਦਾ ਵੀ ਯਾਰ ਚੱਲ ਦਿਮਾਗ ਤੇ ਬੋਝ ਬੜਾ, ਮੈਂ ਸ਼ਰਾਬ ਪੀ ਲੈਂਦਾ, ਦੋ ਪੈਕ ਲਾ ਲੈਂਦਾ, ਉਹਦੇ ਨਾਲ ਮੈਂ ਠੀਕ ਹੋ ਜੂੰਗਾ। ਨਹੀਂ, ਉਹਦੇ ਨਾਲ ਵੀ ਜਿਹੜਾ ਬੰਦਾ ਜ਼ਿਆਦਾ ਸਿਗਰਟਾਂ ਪੀਣ ਲੱਗ ਜਾਂਦਾ ਸਟ੍ਰੈਸ ਦੇ ਵਿੱਚ, ਜ਼ਿਆਦਾ ਅਲਕੋਹਲ ਪੀਣ ਲੱਗ ਜਾਂਦਾ ਜਾਂ ਕੋਈ ਸਬਸਟੈਂਸ ਯੂਜ ਕਰਦਾ, ਕੋਈ ਨਸ਼ੇ ਦੀਆਂ ਗੋਲੀਆਂ ਖਾਂਦਾ ਜੇ ਉਹ ਲੈਣ ਲੱਗ ਜਾਂਦਾ, ਉਹ ਜਦੋਂ ਇਹ ਚੀਜ਼ਾਂ ਜ਼ਿਆਦਾ ਲੈਣ ਲੱਗ ਜਾਂਦਾ ਉਹਦੇ ਨਾਲ ਉਹਦਾ ਸਟ੍ਰੈਸ ਦਾ ਲੈਵਲ ਹੋਰ ਵੱਧ ਜਾਂਦਾ। ਉਹਦੇ ਨਾਲ ਸਟ੍ਰੈਸ ਘੱਟਦੀ ਨਹੀਂ ਗੀ, ਬਈ ਦੋ ਪੈਗ ਦਾਰੂ ਦੇ ਪੀਣ ਨਾਲ ਸਟ੍ਰੈਸ ਘੱਟਦੀ ਨਹੀਂ, ਉਹ ਅਗਲੇ 10-15 ਮਿੰਟ ਜਿੰਨਾ ਚਿਰ ਉਸ ਚੀਜ਼ ਦਾ ਇਫੈਕਟ ਰਹਿੰਦਾ ਉਹਨੂੰ ਸੁਰਤਗੀ ਨਹੀਂ ਰਹਿੰਦੀ, ਉਦੋਂ ਬਾਅਦ ਉਹਦਾ ਸਟ੍ਰੈਸ ਦਾ ਲੈਵਲ ਹੋਰ ਵੱਧ ਜਾਂਦਾ। ਤੇ ਜੇ ਉਹ ਖੁਦਾ ਨਾ ਖਾਸਤਾ ਕਿਤੇ ਉਹਨੂੰ ਨਾਲ ਕਰੋਨਾ ਵੀ ਹੋਇਆ ਗਿਆ, ਉੱਤੋਂ ਉਹ ਸਿਗਰਟਾਂ ਪੀ ਜਾਂਦਾ ਜਾਂ ਸ਼ਰਾਬ ਪੀ ਜਾਂਦਾ, ਉਹਦੇ ਨਾਲ ਤੇ ਉਹਦਾ ਜਮਾ ਹੀ ਭੱਠਾ ਬਹਿ ਜਾਣਾ। ਕਿਉਂਕਿ ਸਿਗਰਟ ਪੀਣ ਵਾਲਾ ਬੰਦੇ ਦਾ ਫੇਫੜੇ ਤੇ ਪਹਿਲਾਂ ਹੀ ਇੱਥੇ ਖਰਾਬ ਹੋਏ ਹੁੰਦੇ ਆ, ਤੇ ਕਰੋਨਾ ਜਿਹੜੀ ਬਿਮਾਰੀ ਹੈ ਇਹ ਮੇਨਲੀ ਆਪਣੇ ਫੇਫੜਿਆਂ ਦੇ ਉੱਤੇ ਅਸਰ ਕਰਦੀ ਹੈ। ਉਹਦੇ ਨਾਲ ਉਹਦੀ ਫਿਰ ਜਿਹੜਾ ਡੈਥ ਰੇਟ ਹੈ ਨਾ ਇਹਨਾਂ ਕੇਸਾਂ ਦੇ ਵਿੱਚ ਜਿਹੜੇ ਮਤਲਬ ਸਮੋਕਿੰਗ ਕਰਦੇ ਆ ਇਹਨਾਂ ਨੂੰ ਕਰੋਨਾ ਹੋ ਜਾਂਦੀ ਹੈ, ਉਹਨਾਂ ਦਾ ਫਿਰ ਹਾਲ ਮਾੜਾ ਹੁੰਦਾ। ਇੱਕ ਸਟੱਡੀ ਇਹ ਹੋਈ ਹੈ ਬਈ ਜਦੋਂ ਹੁਣ ਲੋਕਡਾਊਨ ਪੀਰੀਅਡ ਦੇ ਵਿੱਚ
घर रेंदे आ लोग जिहड़ी घरां दे झगड़े है ना आपस विच कह लो मियां बीवी दे झगड़े जी बच्चियां नाल झगड़े ये झगड़े जी वध गए है क्योंकि पहलो तो घर वाला बाहर चलिया गया जी जे घर वाली घरे रही है घर वाला अपना नौकरी से चलिया गया सवेरे 8 बजे चलिया गया मेरी रोटी पहुंची रात नू आया 7-8 बजे रोटी पानी खा के थकिया टुटे आके सौ गया हूं जो उन्होंने दोवां जणिआं ने घरे रहना है बड़ी इंटरेस्टिंग स्टोरी सी अज मैं पढ़ी बई फिर उन्होंने लड़ाई झगड़े वध गए है घर जो पठे रेंदे है चार पांच दिन तो चलो सर जाता हूं जो लॉकडाउन ही बड़े लंबे लंबे समय लगन लग पाया घर डोमेस्टिक वायलेंस है जेड़ा दैट हैज इंक्रीज्ड उस तो बाद जो पुलिस नू रिपोर्ट करते हैं तो पुलिस भी नहीं चाहती भी साडे थाने दे विच भीड़ भड़का हो जाए कि कोरोना ही ना हो जाए इन्हां नू ते उह फड़ के नहीं ले जांदी उन्हां लोकां नू सो ये जरा मेंटल हेल्थ है ना बड़ा कॉम्प्लीकेटेड जहा प्रॉब्लम हो जाती है किसी पैनडेमिक तो बाद ड्यूरिंग पैनडेमिक घर के लड़ाई झगड़े बढ़ गए पुलिस आके मदद नहीं करती उन्होंने लगाती नहीं खाने ताकि सैपरेट हो जाए इसलिए जरा घर का माहौल है होर खराब हो जाए जी ये वेख्या गया भी जेडे बुजुर्ग लोग है ना ज्यो ज्यो बंदा बुढ़ा हुंदा जांदा उहदी सहन शक्ति ते उहदी बर्दाश्त करन दी शक्ति ना वधदी जांदी है ये मैं सोचदा कि इह गल ठीक वी है जी इही फैक्ट जिहड़ा कोरोना दी स्टडी दे विच आया उन्होंने वेख्या भी जिहड़े यंग मुंडे है जां बच्चे है जां फीमेल दा जिहड़ियां जरा स्ट्रेस लेवल है ना वो मतलब वो ज्यादा स्ट्रेस्ड हो रही है बजाय के जेडे बुजुर्ग बंदे है जेडे नो डाउट कोरोना जेडी हैगी है सारे तो पहले बुजुर्गों लई खतरनाक सी हुण भी बुजुर्गों लई खतरनाक है कोरोना की बीमारी एक सिर्फ जेडी हैगी है वो बुजुर्गों नू ज्यादा मार करती है पर जेडी मेंटल हेल्थ है वो यंग बच्चिया फीमेल्स ज्यादा मार करती है वो ज्यादा स्ट्रेस आउट हो जाते हैं क्योंकि बुजुर्ग बंदा फिर कई घर चुप चाप कला ही रहा कह लो कई घर हों बुजुर्ग पाया वो वखरा उठे पाया अखबार पढ़ लिया जो रोटी दिखी उन्होंने रोटी खा ली बाकी जरा एक्टिव लोग है घर के यंग बंदे जिन्होंने सवेरे बाहर जाना खेडन जाना होर यारा मित्रा नूं मिलना रात नूं क्लब च जाना ओ जिहड़े बंदे है उन्हां नूं मेंटल हेल्थ ज्यादा प्रॉब्लम क्रिएट कर रही है क्योंकि उन्हां दीआं जिहड़ीआं इह एक्टिविटीज हैगीआं ओह बिलकुल खत्म हो गई है सो जिहड़ी मेंटल हेल्थ है इह यंग तबके नूं ते फीमेल नूं ते बच्चिआं नूं ज्यादा स्ट्रेस कर रही है बजाय के ओल्ड लोकां नूं जो कि बीमारी जिहड़ी कोरोना दी सेल्फ दी फिजिकल जिहड़ी डिसेबिलिटी ज्यादा कर रही है वो डेफिनेटली ओल्ड जणिआं नूं कर रही है जी सो इह ते सीगियां वी इहदीआं प्रॉब्लमां दी मेंटल हेल्थ ते की इफेक्ट हो सकदा है कोरोना दा हुण आपां वेखीए भी आपां नूं की करना चाहीदा क्योंकि ये बीमारी हजे हौली 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 लम्मा समा चलनी है ते इहदे जिहड़े मेंटल इफेक्ट है वह होर ज्यादा लम्मा समा चलनी है डिजीज ते भावें खत्म होजू खत्म नहीं होना थोड़ी पैजूगी मत्थी हो सकता फिर इहदी वेव आ जाए पर इहदे जिहड़े मेंटल हेल्थ है ना वो प्रॉब्लम लम्मा समा चलनी है क्योंकि फाइनेंस जिहड़ा हैगा एडी छेती इंप्रूव नहीं हो जाना नौकरी एडी छेती नहीं मिल जानी स्ट्रेस है जिहड़ी एडी छेती डाउन नहीं हो जानी एक बारी दिमाग दे उत्ते किसे चीज दा बोझ पै जाए वो थोड़ा जा औखा नॉर्मल ग्राफ ते आउंदा
अपनी बॉडी नु फिट रखना ते एक आपा अपने माइंड नु फिट रखना जी। हुण बॉडी नु फिट रखने लई आपा नु की करना चाहिए, बड़े सिंपल सिंपल जो तरीके है रोजाना जिंदगी दे है, जे आपा ने अपना लांगे ते ए चीजा इस कोरोना दी जंग जित्तण दे विच आपणियां बहुत सहाई होणगी। सारे को वधिया तरीका ते आराम नाल सोवो, नंबर एक गेट इनफ स्लीप। ओदे लई क्योंकि वेखो हुण आपा ये लॉकडाउन होया आपा काम ते नहीं जाना, घर ही रहना, बजाय कि एवं चिड़ी जाना भी है हो गया ओ हो गया मैं बाहर नहीं जा सकता, इधर चुप करके मंजे ते आराम करो सोमो ठीक है। घटो घट अठ नॉर्मल ते अठ घंटे बंदे नूं सोना चाहिए, कोरोना दे विच तुसी चलो नौ घंटे सो लो दस घंटे सो लो। सो जेड़े बंदे नूं मैं मेरे हुण फादर कुछोद ही राउंड अबाउट 93 ईयर्स ओल्ड जी, मैं उन्हां दी सेहत दा राज जिहड़ा एनालाइज कीता, नंबर एक है उन्हां नूं नींद बहुत वधिया आउंदी है, कोई रौला पाई जावे उन्होंने भावें कुर्सी ते बैठे उन्होंने कुर्सी ते सौ जाना जी। सारिआं तों वड्डा उन्हां दी चंगी लंबी उम्र ते सेहत दा राज है उन्हां दा सौणा। नंबर दो है जी उन्होंने कदे जिंदगी शराब नहीं पीती, नंबर तीन है जी उन्होंने कदे मीट नहीं खादा। ये तीन चीजा है जिहड़ियां मैं सोचदा कि मेरे फादर की लम्मी ते एक्टिव हैल्दी लाइफ इन्हां दी उन्हां तीन चीजा करके है। ते एक कोरोना लई भी सारिआं तों जरूरी है स्ट्रैस फ्री होण लई रज के सोवो जी। रज के जे तुसीं सोणा चाहुंदे आ ते उहदे लई जरूरी है भी पंक्चुअलिटी बनाई रखो अपना सौण दी। जे तुसीं रात नूं 10 बजे सोना ते रोजाना 10 बजे सोवोगे, सवेरे तुसीं 5 बजे उठ जांदे आ ते 5 बजे उठो, ये नहीं का भी कदे 12 बजे सोवे कदे 1 बजे सोवे सवेरे कदे 10 बजे उठते कदे 11 बजे उठते, ऐ नहीं। डिसिप्लिन सोवो जी, रूटीन होनी चाहिए है प्रॉपर, जिन्हें भी बना लो रूटीन वधिया, कदे 10 बजे सो जाओ ते सवेरे 5 या 6 बजे उठो, ये बेस्ट टाइम है सोने वाला जी। उस तो बाद है भाई जेड़ा थोड़ा कमरा है ट्राई करो कि छोटा कमरा बेड जेड़ा बड़ा सूदिंग हो गए, कमरे च लाइट ज्यादा ना आउंदी हो गए, पूरा वेंटिलेटेड हो गए, खास चंगी तरह सुनी आउंदा हो गए, कमरे का जो टेंपरेचर है ये कंफर्टेबल हो गए, जो गर्मियां है तो ठंडा हो गए, जो सियाल है तो निका हो जी। एक तो बाद एक चीज भी जेड़ा ਤੁਹਾਡਾ ਸੌਣ ਵਾਲਾ ਕਮਰਾ ਹੈ, ਜੇ ਤੁਹਾਡਾ ਟੀਵੀ ਟੂਵੀ ਉਹਦੇ ਵਿਚ ਲੱਗਿਆ ਤੇ ਕਾਇੰਡਲੀ ਉਹਨੂੰ ਪ੍ਰੋਪਰਲੀ ਸਵਿਚ ਆਫ ਕਰ ਦਿਓ, ਪੂਰਾ ਬੰਦ ਕਰ ਦਿਓ ਤਾਂ ਕਿ ਉਹਦੇ ਵਿਚ ਵੀ ਉਹ ਲਾਲ ਜਿਹਾ ਬਟਨ ਤੁਹਾਡਾ ਨਾਥਿੰਗ ਦਿਖਦਾ ਰਹੇ, ਤੇ ਉਹਨੂੰ ਟਾਈਮ ਸਿਰ ਬੰਦ ਕਰ ਦਿਓ। ਜੇ ਤੁਸੀਂ ਸੌਣਾ ਉਹਦੇ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਆਪਣਾ ਸਭ ਕੁਝ ਬੰਦ ਕਰ ਦਿਓ, ਮੋਬਾਈਲ ਬੰਦ ਕਰ ਦਿਓ ਜੇ ਤੁਸੀਂ ਕਰ ਸਕਦੇ ਹੋ, ਕਿਉਂਕਿ ਮੇਰੇ ਵਰਗਾ ਬੰਦਾ ਮੈਨੂੰ ਤੇ ਰਾਤ ਨੂੰ 2 ਵਜੇ ਵੀ ਫੋਨ ਆ ਜਾਂਦਾ ਭਾਈ ਆ ਜਾ ਕੇ ਸਿਚੁਏਸ਼ਨ ਕਰਨਾ, ਸੋ ਆਈ ਕਾਂਟ ਅਫੋਰਡ ਟੂ ਸਵਿਚ ਆਫ ਮਾਈ ਫੋਨ। ਤੇ ਜੇ ਤੁਹਾਡੀ ਜੋਬ ਇਹੋ ਜਿਹੀ ਹੈ ਤੁਸੀਂ ਆਪਣਾ ਫੋਨ ਸਵਿਚ ਆਫ ਕਰ ਸਕਦੇ ਹੋ, ਆਪਣਾ ਫੋਨ ਸਵਿਚ ਆਫ ਕਰ ਦਿਓ, ਆਪਣਾ ਟੀਵੀ ਸਵਿਚ ਆਫ ਕਰ ਦਿਓ, ਆਪਣਾ ਕੰਪਿਊਟਰ ਸਵਿਚ ਆਫ ਕਰ ਦਿਓ, ਅੱਧਾ ਘੰਟਾ ਪਹਿਲਾਂ ਸੌਣ ਕੇ ਵੀ ਹਾਂਜੀ ਹੁਣ ਆਪਾਂ 10 ਵਜੇ ਸੌ ਜਾਣਾ, 9:30 ਵਜੇ ਸਾਰਾ ਕੁਛ ਬੰਦ ਕਰ ਦਿਓ। ਉਸ ਤੋਂ ਬਾਅਦ ਹੈ ਅਵਾਇਡ ਲਾਰਜ ਮੀਟਿੰਗਸ ਐਟ ਨਾਈਟ, ਢਿੱਡ ਭਰ ਕੇ ਪੁੰਨ ਕੇ ਰਾਤ ਨੂੰ ਰੋਟੀਆਂ ਨਾ ਖਾਓ ਜੀ। ਕੇਫੀਨ ਦਾ ਇਸਤੇਮਾਲ ਰਾਤ ਨੂੰ ਘੱਟ ਕਰੋ, ਇਹ ਮੇਰੀ ਸੌਣ ਤੋਂ ਪਹਿਲਾਂ ਮੈਂ ਕਾਫੀ ਪੀਣੀ ਆ ਜਾਂ ਚਾਹ ਪੀਣੀ ਆ ਉਹਦੇ ਨਾਲ ਨੀਂਦ ਆਪਾਂ ਨੂੰ ਘੱਟ ਆਉਂਦੀ, ਨਾ ਹੀ ਅਲਕੋਹਲ ਪੀਓ, ਜੇ ਸ਼ਰਾਬ ਪੀਵਾਂਗੇ ਆਪਾਂ ਨੂੰ ਚੰਗੀ ਨੀਂਦ ਨਹੀਂ ਆਈ ਜੀ।
उस तो बाद सारी दिहाड़ी कुछ ना कुछ एक्सरसाइज करो जिदे नाल कि शरीर थोड़ा जरा है थोड़ी एनर्जी एग्जॉस्ट हो जाए रात में तुम आराम नींद आ जाए। सो ये जो आप चीजा करिए राउंड अबाउट 8-9 घंटे सोनी अपना जरा स्ट्रेस लैवल है एंगजाइटी लैवल है वरी लैवल है ये डाउन आ जाए। उस तो बाद सारी दिहाड़ी जो तुम घरे है ये ना हो नाता ही नहीं मूह नहीं धोता मैं ब्रश नहीं किया 12 बजे खा लांगे ब्रेकफास्ट ब्रेड खा लांगे आपा केड़ा जाना कितने अस्पताल नहीं एदा की चीजा नहीं अपनी जी लाइफ है ओन तुम जिन्हें पहले रूटीन न चला रहे थे ही चलाओ भले यह लॉकडाउन तुम रह रहे टाइम से उठो अपना नहावो धोवो अपने कपड़े बदलो उस तो बाद अपना ब्रेकफास्ट करो जिन्हें नॉर्मल रूटीन कर उस बाद टाइम खुद अपने जो है भी जो टाइम तुम अपने ऑफिस जाके काम करना वह टाइम थोड़ा घरे है उदो रेगुलर फिजिकल एक्टिविटी करो जिन्हें दिन तुम घरे है कर सकते हैं तो सारिया फिजिकल एक्टिविटी जिदे नाल के थोड़े बॉडी पूरी जिहड़ी हैगी है वह फिट रहे थोड़ा मूड ठीक रहे यह सारिया चीजा करो ए दो चीजा जिड़िया है जिन्हों बारे मैं स्पर्ट से है नहीं गा पर मैंशन मैं करना चाहूंगा जो बहुत करते हैं एक चीज है मेडिटेशन क्योंकि इस वे आप एक वार लड़ रहे हैं अगेंस्ट करोना आप देखो कोई बंदूकों ना आपके मार नहीं सकना आपा अपने शरीर नहीं ऐसा बनाना है जिदे नाल के आपा पूरा फिट रहिए ते ओ अपने ते अटैक ना कर सके ओ वायरस जो अटैक कर दी भी है ते आपा नू नुकसान ना पहुंचा सके यही अपना इस वे फर्ज बनता ता ही आपे लड़ाई जितांगे। हुण मेडिटेशन की हैगी है ये अपने आप च लम्मा सब्जेक्ट है इनू हुण साडी जिहड़ी एलोपैथिक साइंस है वह भी इन्हें काफी वेटेज देना इन्हें शुरू करता है ये बारे भी खोजा कर रहे हैं कि ये की बनाया मेडिटेशन की इन्हें तो मैंने बारी समझ नहीं आती क्योंकि मैं कई बार ट्राई की है पर मेरे को मेडिटेशन नहीं होंगी पर जिहड़ा बंदा मेडिटेशन कर सकता है ये तो वधिया सूजन चीज कोई नहीं है क्योंकि ये अपने बॉडी के डोपामिन हार्मोन होंगे एक होर चीज होंगी एंडोरफिन जिड़ी कि अपने शरीर में कहो भी वधिया रख दी आप वधिया फील करते हैं उसका थोड़ा जा लेवल मेडिटेशन बढ़ाती है। मेडिटेशन का यह मतलब जो मैं समझा चाहवा भी जिम्मे कई बार अपना मोबाइल है ना जरा लोड़ तो ज्यादा भर जाता तो वे आप कई बार मोबाइल क्लीनर एक ऐप जहा हों ओनू आप जो नप दें वह अपन जिड़िया गलत मलत दाइलां है ना ओनू डिलीट कर दिता एक तरह की मेडिटेशन ओह जी चीज है भाई जेड़िया अपने दिमाग दे विच अननेसेसरी कई फाइलां बड़ियां भी हैं उन्हां दे वल ध्यान ना दिता जावे ते ओ रहिणियां ते है दिमाग च पर उन्हां वल ध्यान ना दे ओ कहिंदे भी तुसीं ईजी जी थां ते आराम नाल बैठ जाओ कंफर्टेबली बैठ जाओ ते किसी एक चीज ते कंसंट्रेट करो भावे ओ कोई मंत्र है कह लो जां वाहेगुरु वाहेगुरु से ध्यान कर लो या ओम से ध्यान कर लो या अपनी ब्रीदिंग से ध्यान कर लो भाई मैं सह हूं अंदर खिंच लिया हूं मेरा सह बाहर चला गया हूं मैं फिर सह अंदर खिंच लिया फिर मेरा सह बाहर चला गया दिस इज मेडिटेशन जो तुम अपने सह के वल ध्यान दे रहे हैं
ਉਹ ਜਿਹੜੀਆਂ ਫਾਈਲਾਂ ਤੁਹਾਡੀਆਂ ਵਰੀ ਦੀਆਂ ਫਾਈਲਾਂ ਉਹ ਤੁਹਾਡੇ ਦਿਮਾਗ ਤੇ ਅਟੈਚ ਕਰਦੀਆਂ ਰਹਿਣਗੀਆਂ ਵੀ ਭਾਈ ਆ ਮੈਂ ਯਾਰ ਆਹ ਕਰਨਾ ਸੀ, ਆਹ ਮੈਂ ਬੂਹਾ ਖੁੱਲਾ ਛੱਡਿਆ, ਉਹ ਮੈਂ ਆਹ ਬੰਦ ਕਰਨਾ ਸੀ, ਉਹ ਚੀਜ਼ਾਂ ਤੁਹਾਨੂੰ ਡਿਸਟਰੈਕਟ ਕਰਨਗੀਆਂ। ਪਰ ਉਹਦੇ ਵੱਲ ਧਿਆਨ ਨਾ ਦੇ, ਜੇ ਉਹ ਮਾੜਾ ਜਿਹਾ ਮਾਇੰਡ ਚ ਆਉਂਦੀਆਂ ਉਹਨੂੰ ਇਗਨੋਰ ਕਰੀ ਚੱਲੋ, ਉਹਨੂੰ ਇਗਨੋਰ ਕਰੀ ਚੱਲੋ ਤੇ ਜਿਹੜਾ ਧਿਆਨ ਹੈ ਉਹ ਸਿਰਫ ਆਪਣੀ ਰੈਸਪੀਰੇਸ਼ਨ ਤੇ ਦਿਓ। ਮਤਲਬ ਰੈਸਪੀਰੇਸ਼ਨ ਕਿਵੇਂ ਤੁਹਾਡੇ ਅੰਦਰ ਜਾਂਦੀ ਹੈ, ਆਪਣੇ ਸਾਹ ਦੇ ਨਾਲ ਆਪਣੇ ਦਿਮਾਗ ਨੂੰ ਵੀ ਅੰਦਰ ਫੇਫੜਿਆਂ ਚ ਲੈ ਜਾਓ, ਉਦੋਂ ਬਾਅਦ ਉਹਦੇ ਵਿੱਚੋਂ ਸਾਹ ਨੂੰ ਬਾਹਰ ਕੱਢ ਦਿਓ। ਆਪਣੇ ਸਾਹ ਨੂੰ ਅੰਦਰ ਜਾਂਦਾ ਤੇ ਬਾਹਰ ਜਾਂਦਾ ਦੇਖੋ, ਜਿਸ ਦੀ ਤੇ ਹੈ ਨੀ ਹਵਾ ਇਹ, ਪਰ ਉਹਨੂੰ ਸੋਚੋ, ਦਿਸ ਇਜ਼ ਮੈਡੀਟੇਸ਼ਨ। ਮੈਂ ਜੇ ਸਿੰਪਲ ਜੇ ਲਫ਼ਜ਼ਾਂ ਦੇ ਸਮਝਾਉਣੀ ਚਾਹੁੰਦਾ ਤੁਹਾਨੂੰ ਵੀ ਕਿਸੇ ਇੱਕ ਚੀਜ਼ ਦੇ ਉੱਤੇ ਫੋਕਸ ਕਰਕੇ ਬਸ ਉਹਨੂੰ ਰਿਪੀਟ ਕਰੀ ਚੱਲੋ। ਇਹ ਪਹਿਲਾਂ ਪੰਜ ਮਿੰਟ ਕਰੋ, ਦਸ ਮਿੰਟ ਕਰੋ, ਫਿਰ ਤੁਸੀਂ ਉਹਨੂੰ ਹੌਲੀ ਹੌਲੀ ਮੈਡੀਟੇਸ਼ਨ ਨੂੰ ਵਧਾ ਸਕਦੇ ਆ। ਆਪਣੇ ਯੂਟਿਊਬ ਦੇ ਉੱਤੇ ਹੋਰ ਕਈ ਥਾਵਾਂ ਤੇ ਦੱਸਿਆ ਗਿਆ ਵੀ ਮੈਡੀਟੇਸ਼ਨ ਕਿਵੇਂ ਕਰਨੀ ਹੈ, ਮੈਂ ਤੇ ਕਦੇ ਨਹੀਂ ਦੇਖਿਆ ਉਹਨਾਂ ਨੂੰ, ਪਰ ਉਹਨਾਂ ਨੂੰ ਇਹ ਟਾਈਮ ਹੈ ਆਪਣੇ ਕੋਲ ਇਸ ਵੇਲੇ ਕਾਫੀ ਟਾਈਮ ਹੈ, ਜੇ ਆਪਾਂ ਲੋਕਡਾਊਨ ਚ ਇਹੋ ਜਿਹੀਆਂ ਵੀਡੀਓ ਵੇਖੋ ਤੇ ਪ੍ਰੈਕਟਿਸ ਕਰੋ ਮੈਡੀਟੇਸ਼ਨ ਦੀ। ਉਸ ਤੋਂ ਬਾਅਦ ਜੇ ਕਿਸੇ ਨੂੰ ਯੋਗਾ ਕਰਨਾ ਆਉਂਦਾ ਯੋਗਾ ਕਰੋ, ਯੋਗਾ ਲਈ ਵੀ ਆਪਾਂ ਨੂੰ ਬਹੁਤ ਜ਼ਿਆਦਾ ਯੂਟਿਊਬ ਤੇ ਕੁਛ ਹੈਗਾ, ਆਪਾਂ ਲੈ ਕੇ ਯੋਗਾ ਕਰ ਸਕਦੇ ਹਾਂ, ਇਹਦੇ ਨਾਲ ਆਪਾਂ ਨੂੰ ਕਾਫੀ ਫਾਇਦਾ ਹੁੰਦਾ, ਕਈ ਬਿਮਾਰੀਆਂ ਤੋਂ ਵੀ ਫਾਇਦਾ ਹੁੰਦਾ। ਹਾਂ, ਮੈਡੀਟੇਸ਼ਨ ਜਿਹੜੀ ਹੈ ਉਹ ਕਹਿੰਦੇ ਇਮਿਊਨਿਟੀ ਵੀ ਵਧਾਉਂਦੀ ਹੈ, ਉਹ ਆਪਣਾ ਬਲੱਡ ਪ੍ਰੈਸ਼ਰ ਵੀ ਘਟਾਉਂਦੀ ਹੈ, ਆਪਣਾ ਹਾਰਟ ਰੇਟ ਵੀ ਘਟਾਉਂਦੀ ਹੈ। ਇਹ ਜਿਹੜੀਆਂ ਚੀਜ਼ਾਂ ਇੱਥੇ ਪ੍ਰੂਵਨ ਨੇ, ਇਹ ਸਾਇੰਟਿਫਿਕਲੀ ਪ੍ਰੂਵ ਹੋ ਚੁੱਕੀਆਂ ਸਾਰੀਆਂ ਚੀਜ਼ਾਂ। ਸੋ ਵੀ ਸ਼ੁੱਧ ਡੂ ਮੈਡੀਟੇਸ਼ਨ, ਇਹ ਜਿਹੜਾ ਟਾਈਮ ਹੈਗਾ ਸਟ੍ਰੈਸ ਤੋਂ ਨਿਜਾਤ ਲੈਣ ਲਈ ਮੈਡੀਟੇਸ਼ਨ ਇਜ਼ ਦਾ ਬੈਸਟ ਐਕਸਰਸਾਈਜ਼। ਉਸ ਤੋਂ ਬਾਅਦ ਜਿਹੜੀ ਕੋਈ ਤੁਸੀਂ ਐਕਸਰਸਾਈਜ਼ ਕਰਦੇ ਹੋ, ਜੇ ਤੁਹਾਡੇ ਘਰ ਦੇ ਵਿੱਚ ਥਾਂ ਹੈਗਾ ਉੱਥੇ ਤੁਸੀਂ ਆਪਣੀ ਵਾਕ ਕਰੋ ਜਾਂ ਥੋੜੀ ਬਹੁਤੀ ਜਿਹੜੀ ਐਕਸਰਸਾਈਜ਼ ਕਰਦੇ ਉਹ ਕਰ ਲਓ। ਜੇ ਘਰ ਛੋਟਾ ਹੈਗਾ ਉਹਦੇ ਵਿੱਚ ਵੀ ਆਪਾਂ ਕੁਝ ਐਸੀਆਂ ਐਕਸਰਸਾਈਜ਼ਾਂ ਕਰ ਸਕਦੇ ਹਾਂ ਜੇ ਕਿਸੇ ਦੇ ਕੁਛ ਵੀ ਨਹੀਂ ਬਾਹਲਾ ਥਾਂ ਹੈ ਹੀ ਨਹੀਂ, ਤਾਂ ਕਮ ਸੇ ਕਮ ਪੌੜੀਆਂ ਤੇ ਹਰ ਘਰ ਚ ਹੁੰਦੀਆਂ, ਉਹ ਪੌੜੀਆਂ 40-50 ਵਾਰੀ ਵੀ ਆਪਾਂ ਚੜ ਜਾਈਏ ਉੱਤਰ ਜਾਈਏ ਨਾ ਤੇ ਬਹੁਤ ਵਧੀਆ ਐਕਸਰਸਾਈਜ਼ ਹੋ ਜਾਂਦੀ ਹੈ। ਜਿਹੜੀ ਕਿ ਵਾਕ ਆਪਾਂ ਪਹਿਲਾਂ ਬਾਹਰ ਜਾ ਕੇ ਕਰਦੇ ਸੀਗੇ, ਹੁਣ ਆਪਾਂ ਨੂੰ ਬਾਹਰ ਜਾਣਾ ਅਲਾਊਡ ਨਹੀਂ ਹੈਗਾ। ਆਪਾਂ ਨੂੰ ਜਿਹੜੇ ਗਵਰਨਮੈਂਟ ਦੇ ਰੂਲਸ ਹੈ ਜੇ ਉਹ ਆਪਾਂ ਨੂੰ ਬਾਹਰ ਜਾਣਾ ਰੋਕਦੇ ਹੈ, ਤੇ ਐਸੀ ਐਕਸਰਸਾਈਜ਼ ਸੋਚੋ ਜਿਹੜੀ ਤੁਸੀਂ ਘਰੇ ਕਰ ਸਕਦੇ ਆ, ਉਹਦੇ ਵਿੱਚ ਪੌੜੀਆਂ ਚੜ੍ਹਨਾ ਉਸ ਤੋਂ ਬਾਅਦ ਜੇ ਤੁਹਾਡੇ ਘਰ ਦੇ ਵਿੱਚ ਕੋਈ ਥੋੜਾ ਬਹੁਤਾ ਥਾਂ ਹੈ, ਆਪਾਂ ਬੈਡਮਿੰਟਨ ਦਾ ਨੈਟ ਲਾ ਸਕਦੇ ਹਾਂ ਤੇ ਘਰ ਦਾ ਹੋਰ ਇੱਕ ਜਾਣਾ ਹੈ ਜਾਂ ਦੋ ਜਾਣੇ ਹੈਨ ਘਰ ਦੇ ਤੇ ਆਪਾਂ ਉਹ ਬੈਡਮਿੰਟਨ ਖੇਡ ਸਕਦੇ ਹਾਂ, ਕਿਉਂਕਿ ਬੈਡਮਿੰਟਨ ਦੂਰ ਦੂਰ ਰਹਿ ਕੇ ਖੇਡੀਦਾ, ਠੀਕ ਹੈ। ਉਹ ਉਧਰਲੇ ਪਾਸੇ ਖੜਾ ਨੈਟ ਤੇ 6 ਫੁੱਟ ਦਾ ਡਿਸਟੈਂਸ ਚਾਹੀਦਾ, ਉਹ ਤਾਂ 19 ਫੁੱਟ ਹੋ ਜਾਂਦਾ। ਸੋ ਵੀ ਕੈਨ ਪਲੇ ਬੈਡਮਿੰਟਨ, ਈਵਨ ਆਪਾਂ ਟੇਬਲ ਟੈਨਿਸ ਵੀ ਖੇਡ ਸਕਦੇ ਹਾਂ, ਹੋਰ ਜਿਹੜੀਆਂ ਕੋਲ ਆਊਟਡੋਰ ਛੋਟੀਆਂ ਮੋਟੀਆਂ ਗੇਮਾਂ ਹੈਗੀਆਂ ਉਹ ਖੇਡ ਸਕਦੇ ਹਾਂ। ਜੇ ਸਿਰਫ ਤੁਹਾਡੇ ਕੋਲ ਇੱਕ ਕਮਰਾ ਹੀ ਹੈ ਇਕੱਲਾ, ਇਹਦੇ ਵੀ ਆਪਾਂ ਐਕਸਰਸਾਈਜ਼ ਕਰਨੀ ਹੈ ਤੇ ਨੱਚਣ ਲੱਗ ਪਓ, ਡਾਂਸਿੰਗ ਤੋਂ ਵਧੀਆ ਇੱਕ ਛੋਟੇ ਕਮਰੇ ਤੇ ਇੱਕੋ ਵਧੀਆ ਐਕਸਰਸਾਈਜ਼ ਖੋਲੂਗੀ, ਕਿਉਂਕਿ ਡਾਂਸ ਨਾਲ ਆਪਣੇ ਸਾਰੇ ਮਸਲ ਯੂਜ ਹੁੰਦੇ ਆ, ਆਪਣੀ ਐਨਰਜੀ ਬਰਨ ਆਊਟ ਹੁੰਦੀ ਹੈ, ਆਪਾਂ ਨੂੰ ਖੁਸ਼ੀ ਮਿਲਦੀ ਹੈ। ਜਿਹੜਾ ਤੁਹਾਨੂੰ ਗਾਣਾ ਚੰਗਾ ਲੱਗਦਾ ਉਹ ਗਾਣਾ ਲਾ ਕੇ ਲੋਕ ਤੇ ਹੁਣ ਟਿਕਟੋਕ ਤੇ ਬੜੀਆਂ ਵੀਡੀਓ ਬਣਾ ਬਣਾ ਭੇਜਦੇ ਆਪਣੇ ਨੱਚਣ ਦੀਆਂ। ਸੋ ਜਿਹੜਾ ਤੁਹਾਨੂੰ ਸ਼ੌਕ ਹੈ ਉਹੋ ਜਿਹੀ ਤੁਸੀਂ ਐਕਸਰਸਾਈਜ਼ ਕਰੋ। ਉਸ ਤੋਂ ਬਾਅਦ ਜੇ ਤੁਸੀਂ ਫੋਨ ਸੁਣਦੇ ਹੋ ਕਿਸੇ ਦਾ, ਬਹਿ ਕੇ ਫੋਨ ਨਾ ਸੁਣੋ, ਘਰ ਦੇ ਵਿੱਚ ਨਾਲੇ ਗੱਲਾਂ ਕਰੀ ਚੱਲੋ, ਨਾਲੇ ਘਰ ਦੇ ਜੋੜੇ ਕੱਢੀ ਚੱਲੋ, ਉਸ ਕੰਮ ਦੇ ਨਾਲ ਦੋ ਦੋ ਚੀਜ਼ਾਂ ਹੋਈ ਜਾਂਦੀਆਂ, ਨਾਲੇ ਤੁਹਾਡੀ ਐਕਸਰਸਾਈਜ਼ ਹੋਈ ਜਾਂਦੀ ਹੈ ਤੇ
ਨਾਲੇ ਫੋਨ ਤੇ ਤੁਸੀਂ ਹਾਲ ਚਾਲ ਪੁੱਛ ਸਕਦੇ ਹੋ, ਕਿਉਂਕਿ ਗਾਂਹ ਜਾ ਕੇ ਥੋੜੀ ਜਿਹੀ ਮੈਂ ਗੱਲ ਕਰੂੰਗਾ ਵੀ ਸਾਰਿਆਂ ਨਾਲ ਕੰਟੈਕਟ ਚ ਰਹੋ। ਜਦੋਂ ਆਪਾਂ ਲੋਕਡਾਊਨ ਦੇ ਵਿੱਚ ਰਹਿਣਾ ਹੈ ਉਹ ਆਪਾਂ ਨੂੰ ਇਹ ਨਾ ਸਮਝੋ ਮੈਨੂੰ ਜੇਲ੍ਹ ਹੋ ਗਈ ਹੈ ਨਾ, ਆਪਣੇ ਮਿੱਤਰਾਂ ਬੋਲੀਆਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਕੰਟੈਕਟ ਚ ਰਹੋ, ਭਾਵੇਂ ਟੈਲੀਫੋਨ ਦੇ ਥਰੂ ਕੰਟੈਕਟ ਕਰੋ, ਭਾਵੇਂ ਤੁਸੀਂ ਫੇਸ ਟਾਈਮ ਦੇ ਥਰੂ ਰਹੋ, ਭਾਵੇਂ ਵਟਸਐਪ ਦੇ ਥਰੂ ਰਹੋ, ਭਾਵੇਂ ਫੇਸਬੁੱਕ ਖਾਣੀ ਰਹੋ, ਉਹਨਾਂ ਨਾਲ ਗੱਲਾਂ ਬਾਤਾਂ ਕਰੋ। ਆਪਣੇ ਕੋਲ ਇਸ ਵੇਲੇ ਇੰਸਟਰੂਮੈਂਟ ਵੀ ਬਹੁਤ ਹੈ ਜਿਹਦੇ ਨਾਲ ਆਪਾਂ ਇੱਕ ਦੂਜੇ ਨੂੰ ਅਪਰੋਚ ਕਰ ਸਕਦੇ ਹਾਂ। ਜੀ ਬਿਲਕੁਲ। ਐਕਸਰਸਾਈਜ਼ ਦੇ ਮਸਲੇ ਚੋਂ ਪੈਂਦੇ ਆ ਵੀ ਤੁਸੀਂ ਜਦੋਂ ਫੋਨ ਵੀ ਸੁਣਦੇ ਆ ਨਾ ਉਹ ਤੁਰਦੇ ਫਿਰਦੇ ਫੋਨ ਸੁਣੀ, ਨਾਲੇ ਭਾਵੇਂ ਜਿੰਨਾ ਚਿਰ ਮਰਜ਼ੀ ਗੱਲਾਂ ਕਰੀ ਜਾਓ ਦੂਜੇ ਨੂੰ ਵੀ ਕਹਿ ਦਿਆ ਵੀ ਤੂੰ ਮੈਨੂੰ ਫੋਨ ਕਰ ਭਾਈ, ਤੂੰ ਵੀ ਚੁਣਿਆ ਫਿਰ ਤੇ ਮੈਂ ਵੀ ਚੁਣਿਆ, ਫਿਰ ਤਾਂ ਆਪਣੀ ਨਾਲੇ ਐਕਸਰਸਾਈਜ਼ ਉਹਦੇ ਨਾਲ ਆਪਾਂ ਗੱਲਾਂ ਬਾਤਾਂ ਕਰ ਲਾਂਗੇ। ਜੀ ਵੈਰੀ ਗੁੱਡ ਆਈਡੀਆ। ਸੋ ਹਾਂ, ਸੋ ਤੁਸੀਂ ਆਪਣੀ ਬਾਡੀ ਨੂੰ ਫਿਜ਼ੀਕਲੀ ਐਕਟਿਵ ਰੱਖਣਾ, ਭਾਵੇਂ ਤੁਹਾਨੂੰ ਲੋਕਡਾਊਨ ਚ ਘਰ ਰਹਿਣਾ ਪੈਂਦਾ, ਆਪਣਾ ਦਿਮਾਗ ਕੰਮ ਕਰਦਾ ਪਰ ਨਵੇਂ ਨਵੇਂ ਤਰੀਕੇ ਲੱਭ ਸਕਦੇ ਹਾਂ ਆਪਾਂ ਕਿਵੇਂ ਐਕਟਿਵ ਰਹਿਣਾ। ਉਦੋਂ ਬਾਅਦ ਹੈਲਦੀ ਈਟਿੰਗ, ਖਾਣ ਪੀਣ ਦਾ ਜਿਹੜਾ ਆਪਣਾ ਹੈਗਾ ਉਹ ਬੜਾ ਡਿਸਿਪਲਿਨ ਚ ਖਾਓ, ਵਧੀਆ ਖਾਓ, ਨਿਊਟ੍ਰੀਸ਼ੀਅਸ ਖਾਓ, ਫੁੱਲ ਆਫ ਵਿਟਾਮਿਨਸ ਖਾਓ, ਜਿੰਨੀ ਪ੍ਰੋਟੀਨ ਚਾਹੀਦੀ ਆਪਾਂ ਨੂੰ ਉਹ ਖਾਓ, ਜਿਹੜੀ ਤੁਹਾਡੀ ਪਲੇਟ ਹੋਵੇ ਜਿਵੇਂ ਸੈਲਡ ਦੀ ਪਲੇਟ ਆ ਉਹ ਰੰਗ ਬਿਰੰਗੀ ਹੋਵੇ, ਲਾਲ ਟਮਾਟਰ ਹੋਣ, ਸੰਤਰੀ ਰੰਗ ਦਾ ਵਿੱਚ ਸੰਤਰੇ ਦੀਆਂ ਦੋ ਫਾੜੀਆਂ ਹੋਣ, ਚੁਕੰਦਰ ਹੋਵੇ ਵਿੱਚ, ਮੂਲੀ ਹੋਵੇ, ਹਰਾ ਖੀਰਾ ਹੋਵੇ, ਹਰੀ ਮਿਰਚ ਹੋਵੇ, ਹਰੇ ਲਾਲ ਰੰਗ ਦੀ ਗਾਜਰ ਹੋਵੇ, ਇਹ ਵੱਡੀ ਸਾਰੀ ਇੱਕ ਪਲੇਟ ਸਜਾਓ ਤੇ ਇਹਨੂੰ ਖਾਓ। ਉਹ ਕਹਿੰਦੇ ਵੀ ਜਿੰਨੀ ਤੁਹਾਡੀ ਕਲਰਫੁਲ ਪਲੇਟ ਹੋਊਗੀ ਉਹਨੇ ਉਹਦੇ ਵਿੱਚ ਜ਼ਿਆਦਾ ਵਿਟਾਮਿਨਸ ਹੋਣਗੇ। ਸੋ ਐਗ ਖਾਓ, ਐਗ ਦੇ ਵਿੱਚ ਬਹੁਤ ਪ੍ਰੋਟੀਨ ਹੁੰਦੀ ਹੈ, ਇਹਦੇ ਨਾਲ ਹੀ ਆਪਣੀ ਇਮਿਊਨਿਟੀ ਵੱਧਦੀ ਹੈ। ਜਿਹੜੇ ਨਾਨ ਵੈਜ ਖਾਂਦੇ ਆ ਸੂਪ ਪੀਓ, ਫਿਸ਼ ਖਾਓ, ਰੈਡ ਵਾਈਨ ਪੀਓ, ਇਹੋ ਜਿਹਾ ਸ਼ਰਾਬ ਨਾ ਪੀਓ, ਪਰ ਬਿਲਕੁਲ ਸ਼ਰਾਬ ਮਾੜੀ ਚੀਜ਼ ਹੈ, ਸਿਗਰਟ ਨਾ ਪੀਓ, ਕੇਸਿਨ ਦਾ ਸੇਵਨ ਬਹੁਤ ਘੱਟ ਕਰੋ ਕਿਉਂਕਿ ਜਿਹੜੀ ਕੇਸਿਨ ਹੈ ਉਹ ਸਟ੍ਰੈਸ ਤੇ ਐਂਗਜ਼ਾਇਟੀ ਦਾ ਲੈਵਲ ਬਹੁਤ ਵਧਾ ਦਿੰਦੀ। ਟੋਬੈਕੋ, ਅਲਕੋਹਲ ਤੇ ਡਰੱਗ ਜਿਹੜੀਆਂ ਉਹ ਬਿਲਕੁਲ ਨਾ ਲਓ। ਇੱਕ ਲਫ਼ਜ਼ ਨਵਾਂ ਮੈਂ ਅੱਜ ਸਿੱਖਿਆ, ਲਿਮਿਟਡ ਸਕਰੀਨ ਟਾਈਮ, ਇਹਦਾ ਮਤਲਬ ਹੈ ਸਾਰੀ ਦਿਹਾੜੀ ਆਪਣੇ ਲੈਪਟਾਪ ਤੇ ਨਾ ਵੇਖਦੇ ਰਹੋ, ਟੈਲੀਵਿਜ਼ਨ ਤੇ ਸਾਰੀ ਦਿਹਾੜੀ ਗਲਤ ਮਲਤ ਖ਼ਬਰਾਂ ਨਾ ਸੁਣਦੇ ਰਹੋ ਜਿਹੜੀਆਂ ਕਿ ਆਪਾਂ ਨੂੰ ਡਰਾਉਂਦੀਆਂ, ਅੱਜ ਕਰੋਨਾ ਨੇ ਇੰਨੇ ਬੰਦੇ ਮਾਰਤੇ, ਅੱਜ ਇੱਥੇ ਆ ਇੰਨੇ ਬੰਦੇ ਮਰ ਗਏ, ਖ਼ਬਰਾਂ ਨਾ ਸੁਣੋ। ਕਰੋਨਾ ਦੇ ਜ਼ਮਾਨੇ ਚ ਛੱਡ ਦਿਓ, ਕਰੋਨਾ ਆਪਾਂ ਨੂੰ ਪਤਾ ਲੱਗ ਗਿਆ ਵੀ ਕਰੋਨਾ ਆ ਗਿਆ, ਜਿਹੜੀ ਕੋਈ ਇੰਪੋਰਟੈਂਟ ਖ਼ਬਰ ਹੈ ਉਹ ਆਪਾਂ ਨੂੰ ਪਤਾ ਲੱਗ ਹੀ ਜਾਂਦੀ ਹੈ ਵੀ ਲੋਕਡਾਊਨ ਦਾ ਪੀਰੀਅਡ ਇੰਨੇ ਤੋਂ ਇੰਨੇ ਵਜੇ ਤੱਕ ਹੋ ਗਿਆ, ਉਹ ਪਤਾ ਕਰਨ ਲਈ ਜ਼ਰੂਰ ਖ਼ਬਰ ਸੁਣ ਲਓ, ਅਦਰਵਾਈਜ਼ ਜਿੰਨੀਆਂ ਨੈਗੇਟਿਵ ਖ਼ਬਰਾਂ ਨਾ ਉਹ ਨਾ ਸੁਣੋ। ਟੀਵੀ ਦੇ ਵਿੱਚ ਜੇ ਤੁਸੀਂ ਦੇਖਣਾ ਆਪਣੇ ਟੇਸਟ ਦੀਆਂ ਚੀਜ਼ਾਂ ਦੇਖੋ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ, ਬਜਾਏ ਕਿ ਸਾਰੀ ਦਿਹਾੜੀ ਟੀਵੀ ਆਨ ਕਰਕੇ ਜਿਹਦੇ ਉੱਤੇ ਖ਼ਬਰਾਂ ਸੁਣਦੇ ਰਹਿਣਾ, ਅਮਰੀਕਾ ਕਿੰਨੇ ਮਰ ਗਏ, ਚੀਨ ਕਿੰਨੇ ਮਰ ਗਏ, ਇੰਡੀਆ ਕਿੰਨੇ ਮਰ ਗਏ, ਇਹ ਦੀਆਂ ਗੱਲਾਂ ਨਾ ਸੁਣੋ, ਕਿਉਂਕਿ ਇਹ ਗੱਲਾਂ ਸਾਰੀਆਂ ਆਪਾਂ ਆਪਣੇ ਉੱਤੇ ਨੈਗੇਟਿਵ ਐਨਰਜੀ ਦਿੰਦੀਆਂ ਆਪਾਂ। ਸੋ ਆਪਣਾ ਫੋਨ ਦਾ ਟਾਈਮ ਵੀ ਘੱਟ ਕਰੋ, ਕੰਪਿਊਟਰ ਦਾ ਟਾਈਮ ਵੀ ਘੱਟ ਕਰੋ, ਟੀਵੀ ਦਾ ਟਾਈਮ ਵੀ ਘੱਟ ਕਰੋ, ਫਿਰ ਸੌਣ ਤੋਂ 30 ਮਿੰਟ ਪਹਿਲਾਂ ਇਹ ਸਾਰੀਆਂ ਚੀਜ਼ਾਂ ਨੂੰ ਕਲੋਜ਼ ਕਰ ਦਿਓ ਤੇ ਆਰਾਮ ਨਾਲ ਸੌਣੋ। ਡੀਪ ਬਰੀਥਿੰਗ ਕਰੋ, ਡੀਪ ਬਰੀਥਿੰਗ ਇਜ਼ ਅ ਵੈਰੀ ਗੁੱਡ ਐਕਸਰਸਾਈਜ਼, ਇਹਦੇ ਨਾਲ ਬੰਦਾ ਰਿਲੈਕਸ ਵੀ ਹੁੰਦਾ ਤੇ ਆਪਣੇ ਜਿਹੜੇ ਫੇਫੜੇ ਹੈ ਉਹ ਆਕਸੀਜਨ ਨਾਲ ਵੀ ਭਰਦੇ ਆ, ਜਿਹਦੇ ਨਾਲ ਆਪਣੇ ਬਲੱਡ ਦੇ ਵਿੱਚ ਆਕਸੀਜਨ ਜ਼ਿਆਦਾ ਰਹਿੰਦੀ ਹੈ। ਸੋ ਬਰੀਥਿੰਗ ਐਕਸਰਸਾਈਜ਼ ਜਿਹੜੀ ਹੈ ਇਟ ਇਜ਼ ਐਕਸਲੈਂਟ ਐਕਸਰਸਾਈਜ਼, ਤੇ ਤੁਸੀਂ ਜਿਵੇਂ ਮਰਜ਼ੀ ਬੈਠੇ ਆ, ਜੇ ਤੁਹਾਡੇ ਕੋਲ ਬੈਠਾ ਨਹੀਂ, ਈਵਨ ਜਿਹੜਾ ਬਿਮਾਰ ਬੰਦਾ ਬਹੁਤ ਉਹ ਵੀ ਬਰੀਥਿੰਗ ਐਕਸਰਸਾਈਜ਼ ਬੜੀ ਵਧੀਆ ਕਰ ਸਕਦਾ, ਜਿਹਨੂੰ ਸਾਹ ਆਉਂਦਾ ਮਤਲਬ ਉਹ ਬਰੀਥਿੰਗ ਐਕਸਰਸਾਈਜ਼ ਕਰ ਸਕਦਾ, ਸਾਰਿਆਂ ਤੋਂ ਸੌਖੀ ਤੇ ਸਾਰਿਆਂ ਤੋਂ ਲਾਭਦਾਇਕ ਐਕਸਰਸਾਈਜ਼ ਜਿਵੇਂ ਇੱਕ
ਯੋਗਾ ਦੇ ਵਿੱਚ ਲੋਮ ਵਲੋਮ ਮੇਰਾ ਖਤਮ ਕਹਿੰਦੇ ਨਾਲ ਨੱਥ ਖਾਣੀ ਸਾਹ ਲੈ ਕੇ ਤੇ ਅੰਦਰ ਪੂਰਾ ਕਰਕੇ ਬੀਤੀ ਖਾਣੀ ਖਤਮ ਦੈਟ ਇਜ ਆਲਸੋ ਵੈਰੀ ਗੁੱਡ ਐਕਸਰਸਾਈਜ਼। ਸੋ ਇਹ ਕੁਝ ਚੀਜ਼ਾਂ ਹੈ ਜਿਹਦੇ ਨਾਲ ਕੇ ਆਪਾਂ ਆਪਣੀ ਬਾਡੀ ਨੂੰ ਠੀਕ ਰੱਖ ਸਕਦੇ ਹਾਂ। ਟਾਈਮ ਆਪਣੇ ਕੋਲ ਥੋੜਾ ਜਿਹਾ ਮੇਰੇ ਖਿਆਲ ਜਾ ਰਿਹਾ ਆਪਣਾ, ਉਸ ਤੋਂ ਬਾਅਦ ਮਿੰਟ ਰਹਿ ਗਿਆ ਆਪਾਂ ਰੈਪ ਅਪ ਕਰੀਏ। ਓਹੋ ਅੱਛਾ ਜੀ, ਉਹ ਥੋੜਾ ਜਿਹਾ ਆਪਣਾ ਚਲੋ ਇਹਨੂੰ ਆਪਾਂ ਅਗਲੀ ਵਾਰੀ ਕਰ ਲਾਂਗੇ। ਉਹਦੇ ਵਿੱਚ ਵੀ ਆਪਾਂ ਸਟ੍ਰੈਸ ਨੂੰ ਕਿਵੇਂ ਘਟਾ ਸਕਦੇ ਹਾਂ, ਜੇ ਮੈਂ 2 ਮਿੰਟ ਨੂੰ ਪੂਰਾ ਕਰ ਸਕਦਾ ਹੋਇਆ ਤਾਂ ਮੈਂ ਕੋਸ਼ਿਸ਼ ਕਰਦਾ ਹਾਂ। ਸਾਰਿਆਂ ਤੋਂ ਜ਼ਰੂਰੀ ਹੈ ਵੀ ਕੀਪ ਯੂਅਰ ਰੈਗੂਲਰ ਰੂਟੀਨ। ਜੇ ਲੋਕਡਾਊਨ ਚ ਆਪਾਂ ਘਰ ਰਹਿ ਰਹੇ ਹਾਂ, ਆਪਣੀ ਰੂਟੀਨ ਬਿਲਕੁਲ ਰੈਗੂਲਰ ਚਾਹੀਦੀ ਹੈ। ਲਿਮਿਟ ਯੂਅਰ ਸੈਲਫ ਲੀਸਟ ਟੂ ਨਿਊਜ਼ ਮੀਡੀਆ, ਸਟੇ ਬਿਜ਼ੀ, ਫੋਕਸ ਆਨ ਪੋਜ਼ਿਟਿਵ ਥੋਟਸ। ਜੇ ਆਪਾਂ ਚੰਗਾ ਸੋਚਾਂਗੇ ਤਾਂ ਹੀ ਸਭ ਕੁਛ ਚੰਗਾ ਹੋਊਗਾ। ਉਸ ਤੋਂ ਬਾਅਦ ਬਈ ਜਿਹੜੀ ਵੀ ਚੀਜ਼ ਨੂੰ ਆਪਾਂ ਮੰਨਦੇ ਹਾਂ, ਸਪਿਰਚੁਅਲਿਟੀ ਨੂੰ, ਜਿਹੜੀ ਆਪਣੀ ਸਪਿਰਚੁਅਲ ਲਾਈਫ ਹੈ, ਉਹਦੀ ਸਹਾਇਤਾ ਪੂਰੀ ਲਓ। ਜੇ ਆਪਾਂ ਗੁਰਬਾਣੀ ਨੂੰ ਮੰਨਦੇ ਹਾਂ ਜਾਂ ਜਿਹੜੇ ਵੀ ਧਰਮ ਨੂੰ ਮੰਨਦੀ ਹੈ, ਉਹਦੇ ਵਿੱਚ ਜੋ ਲਿਖਿਆ ਉਹਨੂੰ ਪੜ੍ਹੋ ਤੇ ਪਰਮਾਤਮਾ ਤੇ ਅਰਦਾਸ ਕਰੋ ਵੀ ਸਾਨੂੰ ਇਸ ਚੀਜ਼ ਚੋਂ ਕੱਢ ਦੇ। ਕਿਉਂਕਿ ਸਪਿਰਚੁਅਲ ਲਾਈਫ ਦੀ ਜਿਹੜੀ ਸੋਚ ਹੈ ਨਾ, ਇਹ ਬਹੁਤ ਹੀ ਜ਼ਰੂਰੀ ਹੈ। ਜਦੋਂ ਹਰ ਚੀਜ਼ ਤੋਂ ਬੰਦਾ ਹੱਥ ਧੋ ਲੈਂਦਾ ਨਾ, ਉਦੋਂ ਉਹ ਆਪਣੀ ਇਸ ਚੀਜ਼ ਦੇ ਅੱਗੇ ਸਰੈਂਡਰ ਕਰਦਾ। ਸੋ ਉਦੋਂ ਹੀ ਕਿਉਂ ਸਰੈਂਡਰ ਕਰਨਾ ਜਦੋਂ ਬਾਕੀ ਚੀਜ਼ਾਂ ਨੇ ਇਕੱਲੀਆਂ ਇਕੱਲੀਆਂ ਤੋਂ ਆਪਾਂ ਹਾਰ ਗਏ ਹਾਂ, ਕਿਉਂ ਨਾ ਸ਼ੁਰੂ ਤੋਂ ਹੀ ਆਪਾਂ ਇਸ ਚੀਜ਼ ਦੀ ਸਪੋਰਟ ਲਈਏ। ਪਰਮਾਤਮਾ ਦਾ ਸਹਾਰਾ ਲਓ, ਉਹਨੂੰ ਅਰਦਾਸ ਕਰੋ। ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੈ। ਸਵੇਰੇ ਸ਼ਾਮ ਆਪਣਾ ਟਾਈਮ ਹੁਣ ਅਪ ਹੋ ਗਿਆ ਤੇ ਆਪਾਂ ਕੰਟੀਨਿਊ ਰੱਖਾਂਗੇ ਇਸੇ ਸਬਜੈਕਟ ਨੂੰ ਆਪਾਂ ਅਗਲੇ ਵੀਕ ਵੀ। ਬਹੁਤ ਚਲੋ ਥੋੜੀ ਜਿਹੀ ਅਗਲੀ ਵਾਰੀ ਇਹਦੀ ਗੱਲ ਕਰ ਲਾਂਗੇ, ਫਿਰ ਬਾਕੀ ਹੋਰ ਦੇਖ ਲਾਂਗੇ। ਜੀ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸੀਗੇ ਸੱਜਣ ਨਵਰਾਜ ਸਿੰਘ ਜੀ, ਜੋ ਕਿ ਆਪਣੇ ਨਾਲ ਜੁੜਦੇ ਨੇ ਹਰੇਕ ਵੈਨਸਡੇ ਨੂੰ ਔਰ ਬਹੁਤ ਹੀ ਵਧੀਆ ਜਿਹੜੀ ਜਾਣਕਾਰੀ ਲੈ ਕੇ ਸਾਡੇ ਲਈ ਆਉਂਦੇ ਨੇ। ਅੱਜ ਕਿਉਂਕਿ ਟਾਈਮ ਦਾ ਥੋੜੀ ਜਿਹੀ ਕਮੀ ਹੋ ਗਈ ਕਰਕੇ ਕੰਪਲੀਟ ਨਹੀਂ ਕਰ ਸਕੇ, ਸੋ ਆਪਾਂ ਇਸੇ ਟਾਪਿਕ ਨੂੰ ਅਗਲੇ ਵੀਕ ਵੀ ਜਿਹੜਾ ਆ ਕੰਟੀਨਿਊ ਰੱਖਾਂਗੇ। ਸੋ ਲੈਣੀ ਆ ਇਜਾਜ਼ਤ। ਕੈਨੇਡੀਅਨ ਐਂਡ ਅਮੇਰੀਕਨ ਹੈਵ ਅ ਬਿਊਟੀਫੁਲ ਐਂਡ ਵੰਡਰਫੁਲ ਡੇ, ਔਰ ਇੰਡੀਆ ਵਾਲਿਓ ਹੈਵ ਅ ਪਲੈਜ਼ੈਂਟ ਐਂਡ ਇੰਜੋਏਬਲ ਈਵਨਿੰਗ। ਗੁੱਡ ਨਾਈਟ। ਆਸਟ੍ਰੇਲੀਆ, ਦੁਬਈ, ਕੁਵੈਤ, ਇਟਲੀ, ਸਾਊਥ ਕੋਰੀਆ, ਯੂਕੇ, ਥਾਈਲੈਂਡ। ਬਾਏ ਬਾਏ। ਸਾਯੋਨਾਰਾ।